ਸਤਿ ਸ਼੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਵਿਭਾਗਾਂ ਦੀ। ਜੀ ਹਾਂ, ਕੇਂਦਰ ਸਰਕਾਰ ਦੇ ਵਿੱਚ ਮੰਤਰੀ ਬਣ ਚੁੱਕੇ ਨੇ ਜਿਹੜੇ, ਉਹਨਾਂ ਦੇ ਵਿੱਚ ਹੁਣ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਗਈ ਹੈ। ਪੰਜਾਬ ਤੋਂ ਰਵਨੀਤ ਸਿੰਘ ਬਿੱਟੂ ਤੇ ਉਹਨਾਂ ਦੇ ਖਾਤੇ ਆਇਆ ਕਿਹੜਾ ਵਿਭਾਗ, ਉਸਦਾ ਜ਼ਿਕਰ ਕਰਾਂਗੇ। ਖੈਰ, ਮੋਦੀ ਸਰਕਾਰ ਜਾਂ ਮੋਦੀ ਸਰਕਾਰ 3.0 ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੇਸ਼ ਦੇ ਬਣੇ ਨੇ ਨਰਿੰਦਰ ਮੋਦੀ। ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਦਿਨ ਪਹਿਲਾਂ ਹੀ ਐਤਵਾਰ ਦੇ ਦਿਨ ਕਰੀਬ 71 ਮੰਤਰੀਆਂ ਦੇ ਨਾਲ ਸਹੁੰ ਚੁੱਕੀ, ਇੱਕ ਵੱਡੀ ਕੈਬਨਿਟ ਹੁਣ ਤੱਕ ਦੇ ਸਭ ਤੋਂ ਵੱਡੀ ਕੈਬਨਿਟ ਦੇ ਨਾਲ ਸਹੁੰ ਚੁੱਕੀ ਗਈ ਹੈ। ਅਤੇ ਇਸ ਵਿਚਾਲੇ ਬਹੁਤ ਸਾਰੇ ਕਿਆਸ ਅਤੇ ਬਹੁਤ ਸਾਰੇ ਅੰਦਾਜ਼ੇ ਲਗਾਏ ਜਾ ਰਹੇ ਸੀ ਕਿ ਕਿਸਦੇ ਕੋਲ ਕਿਹੜਾ ਵਿਭਾਗ ਹੋਵੇਗਾ, ਕਿ ਬਾਕੀ ਜਿਹੜੇ ਸਹਿਯੋਗੀ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਸਰਕਾਰ ਬਣੀ ਹੈ, ਕਿਉਂਕਿ ਬੀਜੇਪੀ ਦੇ ਕੋਲ ਤਾਂ 240 ਸੀਟਾਂ ਨੇ, ਤਾਂ ਬਾਕੀ ਜਿਨ੍ਹਾਂ ਦੀ ਵਜ੍ਹਾ ਨਾਲ ਸਰਕਾਰ ਬਣੀ ਹੈ, ਨਿਤੀਸ਼ ਕੁਮਾਰ, ਚੰਦਰ ਬਾਬੂ ਨਾਇਡੂ, ਉਹਨਾਂ ਦੀ ਪਾਰਟੀ ਦੇ ਜਿਹੜੇ MP ਨੇ ਉਹਨਾਂ ਦੇ ਕੋਲ ਕਿਹੜੇ ਵਿਭਾਗ ਜਾਂਦੇ ਨੇ, ਇਸ ਨੂੰ ਲੈ ਕੇ ਬਹੁਤ ਸਾਰੇ ਕਿਆਸ ਲੱਗੇ ਹੋਏ ਸੀ। ਅੱਛਾ, ਕਿਹੜੇ ਕਿਹੜੇ ਵਿਭਾਗ ਦਿੱਤੇ ਨੇ ਅੱਜ ਦੀ ਇਸ ਪੇਸ਼ਕਸ਼ ਦੇ ਵਿੱਚ, ਅੱਜ ਦੇ ਪ੍ਰਾਈਮ ਟਾਈਮ ਦੇ ਵਿੱਚ ਅਸੀਂ ਉਸਦਾ ਜ਼ਿਕਰ ਕਰਾਂਗੇ। ਦੂਜਾ ਪੁਆਇੰਟ ਇਹ ਹੈ ਕਿ ਇੱਕ ਤਾਂ 2019 ਤੋਂ 2024 ਤੱਕ ਦੀ ਜਿਹੜੀ ਮੋਦੀ ਕੈਬਨਿਟ ਦਾ ਚਿਹਰਾ ਨਜ਼ਰ ਆ ਰਿਹਾ ਸੀ, ਤਕਰੀਬਨ ਸੇਮ ਨਜ਼ਰ ਆਉਂਦਾ ਹੈ 2024 ਦੀ ਕੈਬਨਿਟ ਦੇ ਵਿੱਚ ਵੀ। ਕਿਹੜੇ ਵਿਭਾਗ ਕਿਸਦੇ ਕੋਲ ਨੇ ਉਹ ਤੁਹਾਨੂੰ ਦੱਸਾਂਗੇ। ਇਸ ਦੇ ਨਾਲ ਨਾਲ ਹੁਣ ਪੰਜਾਬ ਨੂੰ ਲੈ ਕੇ ਕਿਸ ਤਰੀਕੇ ਨਾਲ ਦੇਖਿਆ ਜਾਵੇ, ਕਿਹੜੇ ਵਿਭਾਗਾਂ ਦੇ ਕੋਲ ਪੰਜਾਬ ਸਰਕਾਰ ਨੂੰ ਜ਼ਿਆਦਾ ਜਾਣਾ ਪੈਂਦਾ ਹੈ, ਜਿਵੇਂ ਦੇਖੋ RDF ਦਾ ਪੈਸਾ, ਉਸ ਤੋਂ ਬਾਅਦ NHM ਵਾਲਾ ਪੈਸਾ, ਬਹੁਤ ਸਾਰੇ ਫੰਡ ਰੋਕੇ ਜਾਣ ਦਾ ਜ਼ਿਕਰ ਹੁੰਦਾ ਹੈ, ਤਾਂ ਹੁਣ ਉਸਦੇ ਲਈ ਕਿਹੜੇ ਮੰਤਰੀ ਨੂੰ ਜਾ ਕੇ ਅਪਰੋਚ ਪੰਜਾਬ ਸਰਕਾਰ ਜਾਂ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਕਰਨਾ ਹੋਵੇਗਾ, ਅਸੀਂ ਉਸਦਾ ਵੀ ਜ਼ਿਕਰ ਕਰਾਂਗੇ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਜ਼ਿਕਰ ਮੋਦੀ ਸਰਕਾਰ ਦੇ ਜਿਹੜੇ ਮੰਤਰੀਆਂ ਦੇ ਵਿੱਚ ਵਾਲੇ ਵਿਭਾਗਾਂ ਦੀ ਵੰਡ ਹੋਈ ਹੈ, ਇੱਥੋਂ ਹੀ ਸ਼ੁਰੂ ਕਰਦੇ ਹਾਂ, ਇੱਕ ਇੱਕ ਕਰਕੇ ਤੁਹਾਡੇ ਤੱਕ ਪਹੁੰਚਾਵਾਂਗੇ ਕਿਹੜੇ ਦੁਬਾਰਾ ਸੇਮ ਆਪਣੀ ਕੁਰਸੀ ਦੇ ਉੱਤੇ ਸੇਮ ਆਫਿਸ ਦੇ ਵਿੱਚ ਜਾ ਕੇ ਬੈਠਣਗੇ, ਅਤੇ ਇਸ ਦੇ ਨਾਲ ਨਾਲ ਹੁਣ ਕਿਹਨਾਂ ਨੂੰ ਨਵੀਂ ਕੁਰਸੀ ਮਿਲੀ ਹੈ ਜਾਂ ਕਿਹੜੇ ਪਹਿਲੀ ਵਾਰ ਪਹੁੰਚ ਰਹੇ ਨੇ ਮੰਤਰੀ ਵਾਲੇ ਕਮਰੇ ਦੇ ਵਿੱਚ ਬਤੌਰ ਮੰਤਰੀ, ਇਸ ਤੋਂ ਹੀ ਸ਼ੁਰੂਆਤ ਕਰਾਂਗੇ ਅੱਜ ਦੇ ਪ੍ਰਾਈਮ ਟਾਈਮ। ਤਾਂ ਮੋਦੀ ਸਰਕਾਰ ਦੇ ਮੰਤਰੀਆਂ ਦੇ ਵਿੱਚ ਵਾਲੇ ਵਿਭਾਗਾਂ ਦੀ ਵੰਡ ਹੋ ਗਈ ਹੈ, ਔਰ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ, ਨਿਰਮਲਾ ਸੀਤਾਰਮਨ, ਐਸ ਜੈਸ਼ੰਕਰ, ਇਹ ਸਾਰੇ ਨਾਮ ਨੇ ਜੋ ਪਹਿਲਾਂ 20 ਮੰਤਰਾਲੇ, ਇੱਕ ਸਟਰੋਂਗ ਪੋਰਟਫੋਲੀਓ ਇਹਨਾਂ ਦੇ ਕੋਲ ਸੀ, ਇੱਕ ਵਾਰ ਫਿਰ ਤੋਂ ਉਸ ਤਰੀਕੇ ਨਾਲ ਨਜ਼ਰ ਆ ਰਹੇ ਨੇ ਮੋਦੀ ਸਰਕਾਰ ਦੇ ਮੰਤਰੀਆਂ ਦੇ ਵਿੱਚ ਵਾਲੇ ਵਿਭਾਗਾਂ ਦੀ ਵੰਡ। ਜਿਵੇਂ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਹੋਣਗੇ, ਰਾਜਨਾਥ ਅਤੇ ਨਿਤਿਨ ਗਡਕਰੀ ਦੇ ਮਹਿਕਮੇ ਵੀ ਬਰਕਰਾਰ ਰੱਖੇ ਗਏ ਨੇ, ਔਰ ਉੱਥੇ ਐਸ ਜੈਸ਼ੰਕਰ ਵਿਦੇਸ਼ ਮੰਤਰੀ ਹੋਣਗੇ, ਨਿਤਿਨ ਗਡਕਰੀ ਟਰਾਂਸਪੋਰਟ ਮੰਤਰੀ ਨੇ, JP ਨੱਡਾ ਦੀ ਐਂਟਰੀ ਇੱਕ ਵਾਰ ਫਿਰ ਤੋਂ ਕੇਂਦਰੀ ਕੈਬਨਿਟ ਦੇ ਵਿੱਚ ਹੋ ਚੁੱਕੀ ਹੈ, ਔਰ ਇਸ ਵਾਰ ਉਹਨਾਂ ਨੂੰ ਸਿਹਤ ਮੰਤਰੀ ਬਣਾ ਦਿੱਤਾ ਗਿਆ। ਸ਼ਿਵਰਾਜ ਸਿੰਘ ਚੌਹਾਨ ਇੱਕ ਵੱਡਾ ਨਾਮ ਹੈ, ਖੇਤੀਬਾੜੀ ਮੰਤਰੀ, ਮਨੋਹਰ ਲਾਲ ਖੱਟਰ, ਸ਼ਹਿਰੀ ਵਿਕਾਸ ਮੰਤਰਾਲਾ, ਅਸ਼ਵਨੀ ਵੈਸ਼ਨਵ, ਰੇਲ, IT ਤੇ ਸੂਚਨਾ ਪ੍ਰਸਾਰਣ ਮੰਤਰੀ, ਨਿਰਮਲਾ ਸੀਤਾਰਮਨ, ਖਜ਼ਾਨਾ ਮੰਤਰੀ, ਹਰਦੀਪ ਸਿੰਘ ਪੁਰੀ, ਪੈਟਰੋਲੀਅਮ ਮੰਤਰੀ, ਰਮਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਬਣੇ ਨੇ, ਰੇਲ ਮੰਤਰਾਲਾ ਇਸ ਦੇ ਨਾਲ ਨਾਲ ਉਹਨਾਂ ਦੇ ਕੋਲ, ਫੂਡ ਪ੍ਰੋਸੈਸਿੰਗ ਮੰਤਰਾਲਾ ਵੀ ਹੋਵੇਗਾ ਰਮਨੀਤ ਸਿੰਘ ਬਿੱਟੂ ਦੇ ਕੋਲ, ਹਾਲਾਂਕਿ ਦੋਵਾਂ ਦੇ ਵਿੱਚ ਉਹਨਾਂ ਦੇ ਕੋਲ ਮਿਨਿਸਟਰ ਆਫ ਸਟੇਟਸ ਹੈ, ਯਾਨੀ ਕਿ ਰਾਜ ਮੰਤਰੀ ਬਣਾਏ ਗਏ ਨੇ ਕੇਂਦਰੀ ਰਾਜ ਮੰਤਰੀ ਰਮਨੀਤ ਬਿੱਟੂ ਨੇ, ਔਰ ਇਸ ਸਮੇਂ ਦੀ ਅਹਿਮ ਖਬਰ, ਇੱਕ ਇੱਕ ਕਰਕੇ ਪੂਰੇ ਪੋਰਟਫੋਲੀਓ ਤੁਹਾਡੇ ਤੱਕ ਪਹੁੰਚਾਵਾਂਗੇ, ਕਿਹੜੇ ਵਿਭਾਗ ਕਿਸ ਦੇ ਕੋਲ ਹੈਗੇ। ਤਾਂ ਬਹੁਤ ਸਾਰੇ ਨਾਮ ਤੁਹਾਡੇ ਕੋਲ ਪਹੁੰਚ ਰਹੇ ਨੇ, ਮੈਂ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਰੱਖਾਂਗਾ ਕੁਝ ਗ੍ਰਾਫਿਕਸ ਦੇ ਜ਼ਰੀਏ। ਸਭ ਤੋਂ ਪਹਿਲਾਂ ਉਹਨਾਂ ਦੇ ਉੱਤੇ ਨਜ਼ਰ ਪਾਉਂਦੇ ਹਾਂ ਜਿਨ੍ਹਾਂ ਦੇ ਵਿਭਾਗਾਂ ਦੇ ਵਿੱਚ ਫੇਰ ਬਦਲ ਨਹੀਂ ਕੀਤਾ ਗਿਆ, ਯਾਨੀ ਕਿ ਜੋ ਮੋਦੀ 2.0 ਦੇ ਵਿੱਚ ਨਰਿੰਦਰ ਮੋਦੀ ਦੀ ਦੂਜੀ ਇਨਿੰਗ ਦੇ ਦੌਰਾਨ ਜਿਸ ਵਿਭਾਗ ਦੇ ਉਹ ਮੰਤਰੀ ਸੀ, ਕੁਝ ਉਸ ਤਰੀਕੇ ਦੀ ਪਿਕਚਰ 2024 ਦੇ ਵਿੱਚ ਜਦੋਂ ਮੋਦੀ ਸਰਕਾਰ 3.0 ਹੈ ਤਾਂ ਉੱਥੇ ਵੀ ਨਜ਼ਰ ਆ ਰਹੀ ਹੈ। ਸ਼ੁਰੂਆਤ ਕਰਦੇ ਹਾਂ ਇੱਕ ਇੱਕ ਕਰਕੇ, ਜਿਨ੍ਹਾਂ ਦੇ ਵਿਭਾਗ ਨਹੀਂ ਬਦਲੇ ਪਿਛਲੀ ਵਾਰ ਅਤੇ ਇਸ ਵਾਰ ਬਿਲਕੁਲ ਸੇਮ ਨੇ, ਉਹਨਾਂ ਦਾ ਜ਼ਿਕਰ ਮੈਂ ਕਰਾਂਗਾ। ਸਭ ਤੋਂ ਪਹਿਲਾਂ ਆ ਚੁੱਕਿਆ, ਸਭ ਤੋਂ ਹੈਵੀ ਪੋਰਟਫੋਲੀਓਜ਼ ਕਿਹਨਾਂ ਦੇ ਕੋਲ ਨੇ,
ਔਰ ਉਹਨਾਂ ਦੇ ਵਿੱਚ ਪਹਿਲਾ ਨਾਮ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ। ਗ੍ਰਹਿ ਮੰਤਰੀ ਇੱਕ ਤਰੀਕੇ ਨਾਲ ਸਰਕਾਰ ਦੇ ਵਿੱਚ ਜਾਂ ਬੀਜੇਪੀ ਦੇ ਵਿੱਚ ਇਸ ਸਮੇਂ ਪ੍ਰਧਾਨ ਮੰਤਰੀ ਤੋਂ ਬਾਅਦ ਸਭ ਤੋਂ ਸਟਰੋਂਗ ਜਿਹਨਾਂ ਨੂੰ ਕਿਹਾ ਜਾਂਦਾ ਹੈ ਉਹ ਅਮਿਤ ਸ਼ਾਹ ਨੇ। ਅਮਿਤ ਸ਼ਾਹ ਇੱਕ ਵਾਰ ਫਿਰ ਤੋਂ ਗ੍ਰਹਿ ਮੰਤਰੀ ਦੀ ਕੁਰਸੀ ਦੇ ਉੱਤੇ ਬੈਠੇ ਨੇ। ਸਹਿਕਾਰਿਤਾ ਮੰਤਰੀ ਵੀ ਉਹਨਾਂ ਨੂੰ ਬਣਾਇਆ ਗਿਆ। ਅਮਿਤ ਸ਼ਾਹ ਜਿਨ੍ਹਾਂ ਨੇ ਸਹੁੰ ਚੁੱਕੀ ਸੀ ਤੀਜੇ ਨੰਬਰ ਦੇ ਉੱਤੇ, ਪਹਿਲਾਂ ਪ੍ਰਧਾਨ ਮੰਤਰੀ ਨੇ ਸਹੁੰ ਚੁੱਕੀ ਨਰਿੰਦਰ ਮੋਦੀ ਨੇ, ਦੂਜੇ ਨੰਬਰ ਦੇ ਉੱਤੇ ਰਾਜਨਾਥ ਸਿੰਘ ਅਤੇ ਤੀਜੇ ਨੰਬਰ ਦੇ ਉੱਤੇ ਜਿਹੜੇ ਅਮਿਤ ਸ਼ਾਹ ਨੇ ਉਹਨਾਂ ਦੇ ਵੱਲੋਂ ਸਹੁੰ ਚੁੱਕੀ ਗਈ ਸੀ। ਅਗਲਾ ਨਾਮ ਹੈ ਕੈਬਨਿਟ ਮੰਤਰੀ ਬਣਾਇਆ ਗਿਆ ਹੈ ਰੱਖਿਆ ਮੰਤਰੀ ਜਿਹੜੇ ਰਾਜਨਾਥ ਸਿੰਘ, ਇਹ ਵੀ ਪਿਛਲੀ ਵਾਰ ਰੱਖਿਆ ਮੰਤਰੀ ਹੀ ਸੀ। ਪਰ ਕਾਬਲੇ ਗੌਰ ਹੈ ਕਿ 2014 ਦੇ ਵਿੱਚ ਜਦੋਂ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਉਸ ਸਮੇਂ ਰਾਜਨਾਥ ਸਿੰਘ ਨੂੰ ਗ੍ਰਹਿ ਮੰਤਰਾਲਾ ਦਿੱਤਾ ਗਿਆ ਸੀ, ਪਰ 2019 ਦੇ ਵਿੱਚ ਜਦੋਂ ਦੁਬਾਰਾ ਸਰਕਾਰ ਬਣੀ ਤਾਂ ਉਹਨਾਂ ਨੂੰ ਰੱਖਿਆ ਮੰਤਰਾਲਾ ਦਿੱਤਾ ਗਿਆ, ਡਿਫੈਂਸ ਮਿਨਿਸਟਰੀ ਦਿੱਤੀ ਗਈ। ਤਾਂ ਇਸ ਸਮੇਂ ਡਿਫੈਂਸ ਮਿਨਿਸਟਰੀ ਉਹਨਾਂ ਦੀ ਬਰਕਰਾਰ ਰੱਖੀ ਗਈ ਹੈ ਜਿਹੜੇ ਰਾਜਨਾਥ ਸਿੰਘ ਨੇ। ਇੱਕ ਵੱਡਾ ਨਾਮ ਨੇ ਤੁਸੀਂ ਕਹਿ ਸਕਦੇ ਹੋ ਪ੍ਰਧਾਨ ਮੰਤਰੀ ਤੋਂ ਬਾਅਦ ਜਿਹਨੇ ਸਹੁੰ ਚੁੱਕੀ ਉਹਨਾਂ ਦਾ ਨਾਮ ਹੈ ਰਾਜਨਾਥ ਸਿੰਘ। ਤਾਂ ਤੁਸੀਂ ਇਹਨਾਂ ਦਾ ਕੱਦ ਬੀਜੇਪੀ ਦੇ ਵਿੱਚ ਇਸ ਸਮੇਂ ਕਿੰਨਾ ਵੱਡਾ ਹੈ ਉਹ ਸਮਝ ਸਕਦੇ ਹਾਂ। ਇਹ ਉੱਤਰ ਪ੍ਰਦੇਸ਼ ਲਖਨਊ ਤੋਂ ਆਉਂਦੇ ਨੇ, ਜਿੱਤ ਕੇ ਲੋਕ ਸਭਾ ਪਹੁੰਚੇ ਨੇ। ਅਗਲਾ ਅਸੀਂ ਨਾਮ ਜ਼ਿਕਰ ਕਰਾਂਗੇ ਜਿਨ੍ਹਾਂ ਦੇ ਵਿਭਾਗ ਨਹੀਂ ਬਦਲੇ ਨੇ, ਮੈਂ ਪਹਿਲਾਂ ਉਹ ਦਿਖਾ ਰਿਹਾ। ਅਤੇ ਅਗਲਾ ਨਾਮ ਸਾਡੇ ਸਾਹਮਣੇ ਆਏਗਾ ਨਿਰਮਲਾ ਸੀਤਾਰਮਨ ਦਾ। ਇੱਕ ਵੱਡਾ ਪੋਰਟਫੋਲੀਓ ਨਿਰਮਲਾ ਸੀਤਾਰਮਨ ਦੇ ਕੋਲ। ਤੁਸੀਂ ਇਹਨਾਂ ਨੂੰ ਦੇਸ਼ ਦੇ ਕੇਂਦਰੀ ਬਜਟ ਪੜ੍ਹਦੇ ਹੋਏ ਸੁਣਿਆ ਹੋਏਗਾ। ਇੱਕ ਵਾਰ ਫਿਰ ਤੋਂ ਉਹ ਦੇਸ਼ ਦਾ ਬਜਟ, ਦੇਸ਼ ਦਾ ਖਜ਼ਾਨਾ ਸੰਭਾਲਦੇ ਹੋਏ ਨਜ਼ਰ ਆਉਣਗੇ। ਮੌਜੂਦਾ ਸਮੇਂ ਦੇ ਵਿੱਚ ਰਾਜ ਸਭਾ ਮੈਂਬਰ ਨੇ, ਚੋਣਾਂ ਤੋਂ ਪਹਿਲਾਂ ਖੂਬ ਚਰਚਾ 'ਚ ਰਹੇ ਕਿਉਂਕਿ ਇਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਮੇਰੇ ਕੋਲ ਤਾਂ ਇਲੈਕਸ਼ਨ ਲੜਨ ਦੇ ਪੈਸੇ ਹੀ ਨਹੀਂ, ਦੇਸ਼ ਦੀ ਖਜ਼ਾਨਾ ਮੰਤਰੀ ਦੇ ਵੱਲੋਂ ਇਹ ਬਿਆਨ ਸੀ। ਫਿਰ ਇਹਨਾਂ ਦਾ ਵਿੱਤ ਮੰਤਰਾਲਾ ਬਰਕਰਾਰ ਹੈ, ਦੇਸ਼ ਦੇ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਬਣੇ ਰਹਿਣਗੇ ਔਰ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਮੰਤਰਾਲਾ ਵੀ ਇਹਨਾਂ ਨੂੰ ਸੌਂਪਿਆ ਗਿਆ। ਨਿਰਮਲਾ ਸੀਤਾਰਮਨ ਦਾ ਮੈਂ ਜ਼ਿਕਰ ਕਰ ਰਿਹਾ। ਹੁਣ ਅੱਗੇ ਵਧਾਂਗੇ, ਅਗਲਾ ਪੋਰਟਫੋਲੀਓ ਕੀ ਹੈ ਉਸਦਾ ਰੁਖ ਕਰਾਂਗੇ। ਹਾਲਾਂਕਿ ਬਹੁਤ ਕਿਆਸ ਲਗਾਏ ਜਾ ਰਹੇ ਸੀ ਕਿ ਸ਼ਾਇਦ ਇਹ ਵਿਭਾਗ, ਵਿੱਤ ਵਿਭਾਗ ਚੇਂਜ ਕਰ ਦਿੱਤਾ ਜਾਵੇ। ਅਗਲਾ ਨਾਮ ਆ ਗਿਆ ਐਸ ਜੈ ਸ਼ੰਕਰ, ਇਹ ਵੀ ਰਾਜ ਸਭਾ ਦੇ ਮੈਂਬਰ ਨੇ। ਐਸ ਜੈ ਸ਼ੰਕਰ ਇੱਕ ਡਿਪਲੋਮੈਟ ਦੇ ਤੌਰ ਦੇ ਉੱਤੇ ਇੱਕ ਵੱਡੀ ਪਹਿਚਾਣ ਰੱਖਦੇ ਨੇ, ਪਰ ਜਦੋਂ 2019 ਦੇ ਵਿੱਚ ਸਰਕਾਰ ਬਣੀ ਤਾਂ ਐਸ ਜੈ ਸ਼ੰਕਰ ਨੂੰ ਵਿਦੇਸ਼ ਮੰਤਰਾਲਾ ਸੌਂਪ ਦਿੱਤਾ ਗਿਆ। ਫੋਰਨ ਪਾਲਿਸੀਜ਼ ਨੂੰ ਲੈ ਕੇ ਇਸ ਸਮੇਂ ਮੋਦੀ ਸਰਕਾਰ ਪਿਛਲੇ 10 ਸਾਲ ਦੇ ਵਿੱਚ ਬਹੁਤ ਉਸਦੇ ਉੱਤੇ ਫੋਕਸ ਕਰਦੀ ਨਜ਼ਰ ਆਈ ਹੈ ਔਰ ਡਿਪਲੋਮੈਟ ਦੇ ਤੌਰ ਦੇ ਉੱਤੇ ਐਸ ਜੈ ਸ਼ੰਕਰ ਇੱਕ ਚੰਗਾ ਪ੍ਰਭਾਵ ਰੱਖਦੇ ਨੇ ਔਰ ਉਹਨਾਂ ਨੂੰ ਪਤਾ ਕਿ ਕਿਸ ਤਰੀਕੇ ਨਾਲ ਵਿਦੇਸ਼ਾਂ ਦੇ ਵਿੱਚ ਬਾਕੀ ਮੁਲਕਾਂ ਦੇ ਨਾਲ ਆਪਣੇ ਰਿਲੇਸ਼ਨਸ ਨੂੰ ਸਟਰੋਂਗ ਕਰਨਾ। ਤਾਂ ਇਹਨਾਂ ਦਾ ਡਿਪਾਰਟਮੈਂਟ ਚੇਂਜ ਨਹੀਂ ਕੀਤਾ ਗਿਆ। ਇੱਕ ਵਾਰ ਫਿਰ ਤੋਂ ਐਸ ਜੈ ਸ਼ੰਕਰ ਵਿਦੇਸ਼ ਮੰਤਰੀ ਬਣਾ ਦਿੱਤੇ ਗਏ ਨੇ, ਇਹਨਾਂ ਨੂੰ ਪੋਰਟਫੋਲੀਓ ਦਿੱਤਾ ਗਿਆ। ਅੱਗੇ ਨਾਮ ਆਏਗਾ ਨਿਤਿਨ ਗਡਕਰੀ ਦਾ, ਇਹ ਖੂਬ ਚਰਚਾ ਦੇ ਵਿੱਚ ਰਹਿਣ ਵਾਲਾ ਨਾਮ ਹੈ ਨਿਤਿਨ ਗਡਕਰੀ ਦਾ। ਰੋਡ ਤੇ ਟਰਾਂਸਪੋਰਟ ਮੰਤਰਾਲਾ ਨਿਤਿਨ ਗਡਕਰੀ ਨੂੰ ਸੌਂਪਿਆ ਗਿਆ ਔਰ ਇਨਫੈਕਟ ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਕਿ ਜਿਨ੍ਹਾਂ ਦੇ ਡਿਪਾਰਟਮੈਂਟ ਚੇਂਜ ਨਹੀਂ ਕੀਤੇ ਗਏ ਉਹਨਾਂ ਦੇ ਵਿੱਚੋਂ ਇੱਕ ਨਿਤਿਨ ਗਡਕਰੀ ਦਾ ਨਾਮ ਹੈ। ਨਿਤਿਨ ਗਡਕਰੀ ਖੂਬ ਚਰਚਾ ਦੇ ਵਿੱਚ ਰਹਿੰਦੇ ਨੇ ਔਰ ਜਿਹੜੇ ਬਹੁਤ ਚੰਗੀ ਪਰਫਾਰਮੈਂਸ ਵਾਲੇ ਵਿਭਾਗ ਕਹੇ ਗਏ ਨਰਿੰਦਰ ਮੋਦੀ ਸਰਕਾਰ ਦੇ ਪਿਛਲੇ 2 ਟਰਮਸ ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਨਿਤਿਨ ਗਡਕਰੀ ਦਾ ਡਿਪਾਰਟਮੈਂਟ ਹੈ ਔਰ ਪਹਿਲਾਂ ਹੀ ਲੱਗ ਰਿਹਾ ਸੀ ਕਿ ਨਿਤਿਨ ਗਡਕਰੀ ਤੋਂ ਜਿਹੜਾ ਰੋਡ ਤੇ ਟਰਾਂਸਪੋਰਟ ਮੰਤਰਾਲਾ ਤਾਂ ਨਹੀਂ ਲਿਆ ਜਾਏਗਾ ਉਹਨਾਂ ਦੇ ਕੋਲ ਰਹੇਗਾ। ਤਾਂ ਹੁਣ ਅੱਗੇ ਕਿਵੇਂ ਰੋਡ ਤੇ ਟਰਾਂਸਪੋਰਟ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਦਮ ਚੁੱਕੇ ਜਾਂਦੇ ਨੇ ਉਹ ਦੇਖਣਾ ਹੋਏਗਾ। ਨਿਤਿਨ ਗਡਕਰੀ ਦਾ ਜਿਹੜਾ ਡਿਪਾਰਟਮੈਂਟ ਹੈ ਉਹ ਚੇਂਜ ਨਹੀਂ ਕੀਤਾ ਗਿਆ। ਇੱਕ ਹੋਰ ਤੁਹਾਨੂੰ ਨਾਮ ਦਿਖਾਉਂਦੇ ਹਾਂ, ਕਾਨੂੰਨ ਮੰਤਰੀ ਦਾ ਅਰਜੁਨ ਰਾਮ ਮੇਘਵਾਲ। ਅਰਜੁਨ ਰਾਮ ਮੇਘਵਾਲ ਕਿਉਂਕਿ 2024 ਤੋਂ ਪਹਿਲਾਂ ਜਿਹੜੀ ਮੋਦੀ ਸਰਕਾਰ ਦੀ ਸੈਕਿੰਡ ਇਨਿੰਗ ਹੈ ਉਸਦੇ ਵਿੱਚ ਵੀ ਕਾਨੂੰਨ ਮੰਤਰੀ ਸੀ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਫੇਰ ਬਦਲ ਕੀਤਾ ਗਿਆ ਸੀ ਕੈਬਨਿਟ ਦੇ ਵਿੱਚ ਰਵੀ ਸ਼ੰਕਰ ਪ੍ਰਸਾਦ ਤੋਂ ਬਾਅਦ ਜ਼ਿੰਮੇਵਾਰੀ ਇਹਨਾਂ ਦੇ ਕੋਲ ਪਹੁੰਚ ਗਈ। ਕਾਨੂੰਨ ਲਾਅ ਮਿਨਿਸਟਰ ਇਹ ਹੋਣਗੇ ਜਿਹੜੇ ਕਾਨੂੰਨ ਮੰਤਰੀ ਨੇ ਉਹ ਅਰਜੁਨ ਰਾਮ ਮੇਘਵਾਲ। ਇਹ ਇਸ ਤੋਂ ਪਹਿਲਾਂ ਵੀ ਜਿਹੜੀ 2.0 ਦੇ ਵਿੱਚ ਜਿਹੜਾ ਸਮਾਂ ਸੀਗਾ ਅਰਜੁਨ ਰਾਮ ਮੇਘਵਾਲ ਹੀ ਕਾਨੂੰਨ ਮੰਤਰੀ ਸੀ। ਇੱਕ ਵਾਰ ਫਿਰ ਤੋਂ ਉਹਨਾਂ ਨੂੰ ਕਾਨੂੰਨ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਸਾਰੇ ਹੈਵੀ ਪੋਰਟਫੋਲੀਓਜ਼ ਨੇ
ਹਾਲਾਂਕਿ ਇਹ ਬਹੁਤ ਕਿਆਸ ਲਗਾਏ ਜਾ ਰਹੇ ਸੀ ਕਿ ਇਹਨਾਂ ਪੋਰਟਫੋਲੀਓਜ਼ ਦੇ ਵਿੱਚ ਜਿਹੜੇ TDP JDU ਦੀ ਐਂਟਰੀ ਹੋ ਸਕਦੀ ਹੈ ਤਾਂ ਉਸ ਤਰੀਕੇ ਨਾਲ ਐਂਟਰੀ ਹੁੰਦੀ ਹੋਈ ਨਜ਼ਰ ਨਹੀਂ ਆਈ ਹੈ। ਅਗਲੇ ਨਾਮ ਦਾ ਰੁੱਖ ਕਰਦੇ ਹਾਂ, ਅਗਲਾ ਜਿਹੜਾ ਸਾਡੇ ਕੋਲ ਨਾਮ ਆਏਗਾ ਪਿਊਸ਼ ਗੋਇਲ ਦਾ। ਪਿਊਸ਼ ਗੋਇਲ ਵੀ ਉਹਨਾਂ ਮੰਤਰੀਆਂ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਦੇ ਕੋਲ ਜਿਹੜੇ ਮੰਤਰਾਲੇ ਸੀ ਉਹ ਚੇਂਜ ਨਹੀਂ ਕੀਤੇ ਗਏ। ਅੱਛਾ, ਟ੍ਰੈਜ਼ਰਰ ਦੇ ਤੌਰ ਦੇ ਉੱਤੇ ਪਿਊਸ਼ ਗੋਇਲ BJP ਦੇ ਵਿੱਚ ਬਹੁਤ ਚੰਗਾ ਆਧਾਰ ਰੱਖਦੇ ਨੇ, ਵਣਜ ਤੇ ਵਪਾਰ ਮੰਤਰੀ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਬਣਾਇਆ ਗਿਆ। ਹਾਲਾਂਕਿ ਬਹੁਤ ਚਰਚਾਵਾਂ ਸੀ ਕਿ ਇਸ ਵਾਰ ਪਿਊਸ਼ ਗੋਇਲ ਨੂੰ ਖਜ਼ਾਨਾ ਮੰਤਰਾਲਾ ਸੌਂਪਿਆ ਜਾ ਸਕਦਾ, ਪਰ ਉਹਨਾਂ ਦੇ ਵੀ ਪੋਰਟਫੋਲੀਓ ਦੇ ਵਿੱਚ ਚੇਂਜ ਨਹੀਂ ਕੀਤਾ ਗਿਆ। ਜਿਹੜੇ ਟੌਪ ਦੇ ਵਿੱਚ ਤੁਹਾਨੂੰ ਲੀਡਰ ਨਜ਼ਰ ਆ ਰਹੇ ਨੇ, BJP ਦੀ ਟੌਪ ਲੀਡਰਸ਼ਿਪ ਨਜ਼ਰ ਆ ਰਹੀ ਹੈ, ਉਹਨਾਂ ਦੇ ਪੋਰਟਫੋਲੀਓਜ਼ ਕਿਤੇ ਚੇਂਜ ਨਹੀਂ ਹੋਏ ਨੇ। ਇਨਫੈਕਟ ਹੋਰ ਬਹੁਤ ਇੰਟਰਸਟਿੰਗ ਗੱਲ ਹੈ, ਜਿਹੜੇ ਟੌਪ ਦੇ ਮੰਤਰੀ ਨੇ ਉਹਨਾਂ ਦੇ ਵਿੱਚ JDU, TDP ਜਾਂ ਹੋਰ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਉਹਨਾਂ ਦੀ ਵੀ ਐਂਟਰੀ ਨਹੀਂ ਹੋ ਸਕੀ ਹੈ। ਯਾਨੀ ਕਿ ਬਹੁਤ ਜਿਹੜੇ ਹੈਵੀ ਵੇਟ ਮੰਤਰਾਲੇ ਨੇ ਉਹ BJP ਆਪਣੇ ਕੋਲ ਹੀ ਰੱਖ ਰਹੀ ਹੈ, ਉਹ ਨਹੀਂ ਵੰਡੇ ਗਏ ਆਪਣੇ ਸਹਿਯੋਗੀਆਂ ਨੂੰ। ਇਹ ਪਹਿਲਾਂ ਬਹੁਤ ਕਿਆਸ ਲਗਾਏ ਜਾ ਰਹੇ ਸੀ, ਤੇ ਉਹ ਨਾਮ ਹੈ ਪਿਊਸ਼ ਗੋਇਲ। ਪਿਊਸ਼ ਗੋਇਲ ਬਹੁਤ ਇੰਟਰਸਟਿੰਗ ਇਸ ਕਰਕੇ ਹੈ ਕਿਉਂਕਿ ਜਿਹੜੀ ਇਸ ਸਮੇਂ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਸ਼ੰਭੂ ਤੇ ਖਨੌਰੀ, ਤਾਂ ਜਿਹੜੀਆਂ ਮੀਟਿੰਗਸ ਦਾ ਦੌਰ ਚੱਲਿਆ ਉਸ ਦੇ ਵਿੱਚ ਪਿਊਸ਼ ਗੋਇਲ ਇੱਕ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਸੀ। ਜਿਹੜੀਆਂ ਮੀਟਿੰਗਸ ਚੰਡੀਗੜ੍ਹ ਦੇ ਵਿੱਚ ਹੋਈਆਂ ਸੀ ਤਾਂ ਉੱਥੇ ਪਿਊਸ਼ ਗੋਇਲ, ਅਰਜੁਨ ਮੁੰਡਾ ਇਹ ਸਾਰੇ ਨਜ਼ਰ ਆਉਂਦੇ ਸੀ ਆਪਾਂ ਨੂੰ, ਜਿਹੜੇ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਸੀ ਉਸ ਸਮੇਂ। ਇਸ ਵਾਰ ਬਦਲ ਗਏ, ਉਹ ਤੁਹਾਨੂੰ ਦੱਸਾਂਗਾ ਅੱਗੇ, ਤੇ ਉਸ ਤੋਂ ਬਾਅਦ ਅਸੀਂ ਅੱਗੇ ਵੱਧਦੇ ਹਾਂ ਤੇ ਅਗਲਾ ਇੱਕ ਹੋਰ ਨਾਮ ਆਏਗਾ ਭੁਪਿੰਦਰ ਯਾਦਵ। ਕੈਬਨਿਟ ਮੰਤਰੀ ਨੇ ਵਾਤਾਵਰਣ ਮੰਤਰੀ ਇਹਨਾਂ ਨੂੰ ਦਿੱਤਾ ਗਿਆ ਦੁਬਾਰਾ, ਭੁਪਿੰਦਰ ਯਾਦਵ ਦੁਬਾਰਾ ਇਹਨਾਂ ਨੂੰ ਮੰਤਰਾਲੇ ਦੇ ਦਿੱਤਾ ਗਿਆ, ਔਰ ਇਹਨਾਂ ਨੂੰ ਲੈ ਕੇ ਬੜੇ ਕਿਆਸ ਲੱਗ ਰਹੇ ਸੀ ਕਿ ਹੋ ਸਕਦਾ ਕਿ ਮਿਨਿਸਟਰੀ 'ਚ ਨਾ ਜਾਣ ਤੇ BJP ਇਹਨਾਂ ਨੂੰ ਜਿਹੜੀ ਜਥੇਬੰਦੀ ਦੇ ਤੌਰ ਦੇ ਉੱਤੇ ਕੋਈ ਅਹਿਮ ਜ਼ਿੰਮੇਵਾਰੀ ਦੇ ਦੇਵੇ। ਪਰ ਭੁਪਿੰਦਰ ਯਾਦਵ ਦਾ ਵੀ ਮੰਤਰਾਲਾ ਚੇਂਜ ਨਹੀਂ ਕੀਤਾ ਗਿਆ, ਵਾਤਾਵਰਣ ਮੰਤਰੀ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਬਣਾ ਦਿੱਤਾ ਗਿਆ ਉਸ ਲਈ ਸੀ ਇੱਕ ਦਿਨ ਪਹਿਲਾਂ, ਤੇ ਦੁਬਾਰਾ ਉਹਨਾਂ ਨੂੰ ਪੋਰਟਫੋਲੀਓ ਸੇਮ ਰੱਖਿਆ ਗਿਆ, ਯਾਨੀ ਕਿ ਚੇਂਜ ਨਹੀਂ ਕੀਤਾ ਗਿਆ ਪੋਰਟਫੋਲੀਓ ਦੇ ਵਿੱਚ ਭੁਪਿੰਦਰ ਯਾਦਵ ਦੇ ਵੀ। ਅਗਲਾ ਨਾਮ ਆਏਗਾ ਧਰਮਿੰਦਰ ਪ੍ਰਧਾਨ ਦਾ। ਧਰਮਿੰਦਰ ਪ੍ਰਧਾਨ ਆ ਚੁੱਕੇ ਨੇ, ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਬਣਾਇਆ ਗਿਆ, ਜਿਨ੍ਹਾਂ ਦੇ ਪੋਰਟਫੋਲੀਓਜ਼ ਚੇਂਜ ਨਹੀਂ ਹੋਏ ਨੇ। ਉਹਨਾਂ ਦੇ ਵਿੱਚ ਇੱਕ ਨਾਮ ਹੈ ਧਰਮਿੰਦਰ ਪ੍ਰਧਾਨ, ਜਦੋਂ 2.0 ਦੇ ਵਿੱਚ ਮੋਦੀ ਸਰਕਾਰ ਦੀ 2.0 ਦੇ ਵਿੱਚ ਜਦੋਂ ਫੇਰ ਬਦਲ ਹੋਈ ਸੀ ਤਾਂ ਉਸ ਸਮੇਂ ਜ਼ਰੂਰ ਧਰਮਿੰਦਰ ਪ੍ਰਧਾਨ ਦੇ ਕੋਈ ਜਿਹੜੇ ਮੰਤਰਾਲੇ ਨੇ ਉਸ ਦੇ ਵਿੱਚ ਫੇਰ ਬਦਲ ਹੋਇਆ ਸੀ, ਪਰ ਫਿਲਹਾਲ ਸਿੱਖਿਆ ਮੰਤਰੀ ਦੇ ਤੌਰ ਦੇ ਉੱਤੇ ਦੇਸ਼ ਦੇ ਵਿੱਚ ਜਿਹੜੀਆਂ ਸਿੱਖਿਆ ਪ੍ਰਣਾਲੀ ਹੈ, ਜਿਹੜੀਆਂ ਪੂਰਾ ਐਜੂਕੇਸ਼ਨ ਸਿਸਟਮ ਜਿਹੜਾ ਪੂਰੇ ਤਰੀਕੇ ਦੇ ਨਾਲ ਨਜ਼ਰ ਆਉਂਦਾ ਹੈ, ਤਾਂ ਧਰਮਿੰਦਰ ਪ੍ਰਧਾਨ ਉਸ ਦੇ ਵਿੱਚ ਨਜ਼ਰ ਆਉਣਗੇ, ਕਿਉਂਕਿ ਸਿੱਖਿਆ ਦੇ ਉੱਤੇ ਸਿਹਤ ਦੇ ਉੱਤੇ ਖੂਬ ਫੋਕਸ ਕਰਨ ਦੀ ਗੱਲ ਹੁੰਦੀ ਹੈ। ਹੁਣ ਮੈਂ ਅੱਗੇ ਵੱਧਦਾ ਤੇ ਜ਼ਿਕਰ ਕਰਾਂਗਾ ਇੱਕ ਹੋਰ ਬਹੁਤ ਹੈਵੀ ਵੇਟ ਮੰਤਰੀ, ਅਸ਼ਵਨੀ ਵੈਸ਼ਨਵ। ਅਸ਼ਵਨੀ ਵੈਸ਼ਨਵ ਜਿਹੜੇ ਬਹੁਤ ਹੈਵੀ ਵੇਟ ਜਾਂ ਫਿਰ ਹਾਈ ਪ੍ਰੋਫਾਈਲ ਜਿਨ੍ਹਾਂ ਦੇ ਕੋਲ ਪੋਰਟਫੋਲੀਓਜ਼ ਨੇ, ਉਹਨਾਂ ਦੇ ਵਿੱਚ ਇੱਕ ਨਾਮ ਅਸ਼ਵਨੀ ਵੈਸ਼ਨਵ ਦਾ ਨਜ਼ਰ ਆਉਂਦਾ ਹੈ। ਬਹੁਤ ਥੋੜ੍ਹਾ ਜਿਹਾ ਸਰਪ੍ਰਾਈਜ਼ਿੰਗ ਤੁਸੀਂ ਕਹਿ ਸਕਦੇ ਹੋ, ਜਿਸ ਤਰੀਕੇ ਨਾਲ ਉਹਨਾਂ ਦੇ ਕੋਲ ਡਿਪਾਰਟਮੈਂਟ ਦਿੱਤੇ ਗਏ, ਰੇਲਵੇ ਵਿਭਾਗ ਦਿੱਤਾ ਗਿਆ, ਸੂਚਨਾ ਪ੍ਰਸਾਰਣ ਮੰਤਰੀ ਉਹਨਾਂ ਨੂੰ ਬਣਾ ਦਿੱਤਾ ਗਿਆ, IT ਮੰਤਰੀ ਬਣਾਇਆ ਗਿਆ। ਇਹ ਤਿੰਨੋਂ ਬੜੇ ਸਟਰੋਂਗ ਤੇ ਹੈਵੀ ਪੋਰਟਫੋਲੀਓਜ਼ ਕਹੇ ਜਾਂਦੇ ਨੇ ਜਿਹੜੇ ਅਸ਼ਵਨੀ ਵੈਸ਼ਨਵ ਨੂੰ ਦੇ ਦਿੱਤੇ ਗਏ ਨੇ ਮੋਦੀ ਸਰਕਾਰ 3.0 ਦੇ ਵਿੱਚ। ਅਸ਼ਵਨੀ ਵੈਸ਼ਨਵ ਦੇ ਕੋਲ ਰੇਲਵੇ ਮੰਤਰਾਲਾ ਹੋਏਗਾ, ਰੇਲਵੇ ਮੰਤਰਾਲੇ ਦੇ ਵਿੱਚ MOS ਕੌਣ ਨੇ, ਉਹ ਹੈਗੇ ਨੇ ਰਮਨੀਤ ਬਿੱਟੂ, ਮੈਂ ਅੱਗੇ ਤੁਹਾਨੂੰ ਦਿਖਾਵਾਂਗਾ। ਇਹ ਉਹ ਮੰਤਰਾਲੇ ਨੇ ਜਿਹੜੇ ਚੇਂਜ ਨਹੀਂ ਕੀਤੇ ਗਏ ਨੇ, ਔਰ ਕਾਬਲੇ ਗੌਰ ਹੈ ਐਡ ਜ਼ਰੂਰ ਕਰ ਦਿੱਤੇ ਗਏ ਨੇ ਸੂਚਨਾ ਪ੍ਰਸਾਰਣ ਮੰਤਰੀ ਤੇ IT ਮੰਤਰੀ ਅਸ਼ਵਨੀ ਵੈਸ਼ਨਵ ਦੇ ਪੋਰਟਫੋਲੀਓ ਦੇ ਵਿੱਚ ਜੋੜ ਦਿੱਤੇ ਗਏ ਨੇ। ਇਹ ਇੰਪੋਰਟੈਂਟ ਇਸ ਕਰਕੇ ਹੈ ਕਿਉਂਕਿ ਅਸ਼ਵਨੀ ਵੈਸ਼ਨਵ ਇੱਕ ਸਾਬਕਾ IAS ਨੇ ਔਰ ਇੱਕ ਵੱਡਾ ਚਿਹਰਾ ਤਾਂ BJP ਇਹਨਾਂ ਨੂੰ ਜ਼ਰੂਰ ਬਣਾਇਆ, ਔਰ ਬਹੁਤ ਅਹਿਮ ਤੇ ਵੱਡੀਆਂ ਜ਼ਿੰਮੇਵਾਰੀਆਂ ਵੀ ਹੈਗੀਆਂ ਨੇ, ਕਿਉਂਕਿ ਆਪਣੇ ਆਪ ਦੇ ਵਿੱਚ ਰੇਲਵੇ ਇੱਕ ਬਹੁਤ ਵੱਡਾ ਮੰਤਰਾਲਾ। ਹਾਲਾਂਕਿ ਹੁਣ ਰੇਲਵੇ ਦਾ ਅਲੱਗ ਤੋਂ ਬਜਟ ਆਉਣਾ ਬੰਦ ਹੋ ਗਿਆ, ਪਹਿਲਾਂ ਰੇਲਵੇ ਦਾ ਬਜਟ ਵੀ ਅਲੱਗ ਤੋਂ ਜਿਹੜਾ ਇਹ ਰੱਖਿਆ ਜਾਂਦਾ ਹੁੰਦਾ ਸੀ ਪਾਰਲੀਮੈਂਟ ਦੇ ਵਿੱਚ, ਖੈਰ ਹੁਣ ਉਹ ਇਕੱਠਾ ਜ਼ਰੂਰ ਇੱਕੋ ਬਜਟ ਕਰ ਦਿੱਤਾ ਗਿਆ। ਉੱਥੇ ਸੂਚਨਾ ਪ੍ਰਸਾਰਣ ਮੰਤਰਾਲਾ ਇਹਨਾਂ ਦੇ ਕੋਲ ਹੋਏਗਾ, ਉਹ ਵੀ ਬਹੁਤ ਇੰਪੋਰਟੈਂਟ, ਤੇ IT ਮੰਤਰੀ। ਹੁਣ ਅੱਗੇ ਤੁਹਾਨੂੰ ਦਿਖਾਵਾਂਗੇ ਉਹ ਮੰਤਰਾਲੇ ਜਿਨ੍ਹਾਂ ਨੂੰ ਲੈ ਕੇ
ਖੂਬ ਕਈ ਵਾਰ ਵਿਵਾਦ ਰਹਿੰਦਾ ਜਾਂ ਫਿਰ ਕੋਈ ਪੰਗਾ ਰਹਿੰਦਾ ਹੈ, ਉਸ ਤਰੀਕੇ ਦੇ ਮੰਤਰਾਲੇ ਕਿਹੜੇ ਹੈਗੇ ਨੇ, ਉਹ ਇੱਕ ਇੱਕ ਕਰਕੇ ਸਾਡੇ ਸਾਹਮਣੇ ਆਉਣਗੇ ਔਰ ਉਹ ਵਿਭਾਗ ਕਿਹੜੇ ਕਿਹੜੇ ਨੇ ਉਹਨਾਂ ਦਾ ਮੈਂ ਜ਼ਿਕਰ ਕਰਾਂਗਾ। ਬਹੁਤ ਸਾਰੇ ਐਸੇ ਵਿਭਾਗ ਨੇ ਔਰ ਖਾਸ ਕਾਬਲੇ ਗੌਰ ਹੈ ਕਿ ਉਹ ਅਜਿਹੇ ਮੰਤਰਾਲੇ ਹੁੰਦੇ ਨੇ ਕਿ ਜਿਹੜੇ ਜਾ ਕੇ ਬਾਕੀ ਸਟੇਟਸ ਦੇ ਨਾਲ ਗੱਲ ਕਰਨੀ ਹੁੰਦੀ ਹੈ, ਜਿਸ ਸਟੇਟਸ ਦੇ ਨਾਲ ਜਾ ਕੇ, ਜਿਵੇਂ ਹੁਣ ਪੰਜਾਬ ਨੂੰ ਬਹੁਤ ਸਾਰੇ ਜਿਹੜੇ ਮੰਤਰਾਲੇ ਨੇ ਉਹਨਾਂ ਦੇ ਉੱਤੇ ਨਜ਼ਰ ਰੱਖਣੀ ਹੋਏਗੀ ਕਿ ਜਿਸ ਤਰੀਕੇ ਨਾਲ ਜਿਹੜੇ ਫੰਡ ਹੈ ਉਹ ਲੈ ਕੇ ਆਉਣੇ ਨੇ। ਇਹ ਸਾਰੇ ਤੁਸੀਂ ਇੱਕ ਤਰੀਕੇ ਨਾਲ ਕਹਿ ਸਕਦੇ ਹੋ ਕਿ ਕਈ ਵਾਰ ਇਹਨਾਂ ਦੇ ਨਾਲ ਆ ਕੇ ਵਿਵਾਦ ਜੁੜ ਜਾਂਦੇ ਨੇ। ਹੁਣ ਇੱਕ ਇੱਕ ਕਰਕੇ ਮੈਂ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗਾ ਕਿ ਕਿਹੜੇ ਮੰਤਰੀ ਹੈਗੇ ਨੇ। ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਮੋਦੀ ਸਰਕਾਰ ਦੇ ਮੰਤਰੀਆਂ ਦੀ ਲਿਸਟ ਦੇ ਵਿੱਚ ਕੇਂਦਰੀ ਰਾਜ ਮੰਤਰੀ ਬਣਾਏ ਗਏ ਨੇ ਰਵਨੀਤ ਸਿੰਘ ਬਿੱਟੂ। ਅੱਛਾ, ਇਹ ਸਿਆਸਤ ਦੇ ਬਾਜ਼ੀਗਰ ਨਜ਼ਰ ਆ ਰਹੇ ਨੇ ਕਿ ਇਹ ਹਾਰ ਕੇ ਵੀ ਜਿੱਤੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਮੰਤਰੀ ਬਣ ਗਏ। ਰੇਲਵੇ ਰਾਜ ਮੰਤਰੀ ਬਣਾਇਆ ਗਿਆ, ਫੂਡ ਪ੍ਰੋਸੈਸਿੰਗ ਰਾਜ ਮੰਤਰੀ ਬਣਾਇਆ ਗਿਆ ਔਰ ਰੇਲਵੇ ਰਾਜ ਮੰਤਰੀ ਜੋ ਅਸ਼ਵਨੀ ਵੈਸ਼ਨਵ ਦਾ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ, ਅਸ਼ਵਨੀ ਵੈਸ਼ਨਵ ਰੇਲਵੇ ਮੰਤਰੀ ਨੇ, ਮਤਲਬ ਇਹ ਹੈ ਕਿ ਰੇਲਵੇ ਰਾਜ ਮੰਤਰੀ ਇਹ ਨੇ ਕਿ ਰਵਨੀਤ ਬਿੱਟੂ ਅਸ਼ਵਨੀ ਵੈਸ਼ਨਵ ਦੇ ਨਾਲ ਮਿਲ ਕੇ ਰੇਲਵੇ ਦੀਆਂ ਜਿਹੜੀਆਂ ਪਾਲਿਸੀਜ਼ ਹੋਣਗੀਆਂ ਉਹਨਾਂ ਦੇ ਲਈ ਕੰਮ ਕਰਨਗੇ, ਇੱਕ ਤਰੀਕੇ ਨਾਲ ਐਸੋਸੀਏਟ ਹੋਣਗੇ ਉਹਨਾਂ ਦੇ ਨਾਲ ਮਿਲ ਕੇ ਰਲ ਕੇ ਕੰਮ ਕਰਨਗੇ। ਐਵੇਂ ਹੁੰਦਾ ਕਿ ਇੱਕ ਫੁੱਲ ਫਲੈਜ ਮੰਤਰੀ ਬਣਾ ਦਿੱਤਾ ਗਿਆ, ਮਿਨਿਸਟਰ ਆਫ ਸਟੇਟਸ ਉਹਨਾਂ ਦੇ ਨਾਲ ਦੇ ਦਿੱਤੇ ਜਾਂਦੇ ਨੇ, ਫਿਰ ਉਹ ਮਿਲ ਕੇ ਕੰਮ ਕਰਦੇ ਨੇ। ਅੱਛਾ, ਅਸ਼ਵਨੀ ਵੈਸ਼ਨਵ ਤੇ ਰਵਨੀਤ ਬਿੱਟੂ ਰੇਲਵੇ ਦੇ ਲਈ ਕੰਮ ਕਰਨਗੇ। ਉਸ ਤੋਂ ਬਾਅਦ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਵੀ ਬਣਾਇਆ ਗਿਆ। ਅੱਛਾ, ਬੜਾ ਇੰਟਰਸਟਿੰਗ ਹੈ ਫੂਡ ਪ੍ਰੋਸੈਸਿੰਗ ਰਾਜ ਮੰਤਰੀ। ਫੂਡ ਪ੍ਰੋਸੈਸਿੰਗ ਮੰਤਰਾਲਾ ਕਿਸੇ ਟਾਈਮ ਹਰਸਿਮਰਤ ਕੌਰ ਬਾਦਲ ਦੇ ਕੋਲ ਹੁੰਦਾ ਸੀ, ਹਾਲਾਂਕਿ ਉਹ ਕੈਬਨਿਟ ਮਿਨਿਸਟਰ ਸੀ ਔਰ ਇਹ ਮਿਨਿਸਟਰ ਆਫ ਸਟੇਟ ਨੇ, ਰਾਜ ਮੰਤਰੀ ਨੇ ਔਰ ਫੂਡ ਪ੍ਰੋਸੈਸਿੰਗ ਮੰਤਰੀ ਕਿਸੇ ਟਾਈਮ ਜਿਹੜੇ ਹੈਗੇ ਨੇ ਹਰਸਿਮਰਤ ਕੌਰ ਬਾਦਲ ਉਹਨਾਂ ਦੇ ਕੋਲ ਸੀ ਤੇ ਮੌਜੂਦਾ ਸਮੇਂ ਦੇ ਵਿੱਚ ਰਾਜ ਮੰਤਰੀ ਉਹ ਬਣਾਏ ਗਏ। ਹੁਣ ਅੱਗੇ ਵੱਧਦੇ, ਤੁਹਾਨੂੰ ਦਿਖਾਵਾਂਗਾ ਕਿ ਕਿਸ ਤਰੀਕੇ ਦੇ ਨਾਲ ਹੁਣ ਜਿਹੜੇ ਪੰਜਾਬ ਦੇ ਸਰਕਾਰ ਦੇ ਮੰਤਰੀ, ਜੋ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਜਿਹੜੇ ਪੰਜਾਬ ਦੇ ਮੰਤਰੀ ਅਧਿਕਾਰੀ ਕਿਹੜੇ ਮੰਤਰੀਆਂ ਦੇ ਨਾਲ ਜਾ ਕੇ ਸੰਪਰਕ ਕਰਨਗੇ ਜਾਂ ਵਾਸਤਾ ਜਿਹੜੇ ਪੰਜਾਬ ਦਾ ਜਿਹੜੇ ਮੰਤਰੀਆਂ ਦੇ ਨਾਲ ਪਏਗਾ ਉਹਨਾਂ ਦਾ ਜ਼ਿਕਰ ਮੈਂ ਕਰਾਂਗਾ ਇੱਕ ਇੱਕ ਕਰਕੇ। ਸਭ ਤੋਂ ਪਹਿਲਾਂ ਗੱਲ ਹੋਏਗੀ ਕਿਹਨਾਂ ਦੀ, ਸਭ ਤੋਂ ਪਹਿਲਾਂ ਨਾਮ ਆਏਗਾ, ਕਿਉਂਕਿ ਪੰਜਾਬ ਕਿਸਾਨੀ ਪ੍ਰਧਾਨ ਸੂਬਾ ਹੈ ਤਾਂ ਸਭ ਤੋਂ ਪਹਿਲਾਂ ਨਾਮ ਆਏਗਾ ਸ਼ਿਵਰਾਜ ਸਿੰਘ ਚੌਹਾਨ ਦਾ। ਦੇਖੋ, ਸ਼ਿਵਰਾਜ ਸਿੰਘ ਚੌਹਾਨ ਮੱਧ ਪ੍ਰਦੇਸ਼ ਤੋਂ ਆਉਂਦੇ ਨੇ, ਮੱਧ ਪ੍ਰਦੇਸ਼ ਤੋਂ ਸਾਬਕਾ ਸੀਐਮ, ਉੱਥੋਂ ਦੇ ਇੱਕ ਲੰਬਾ ਇਤਿਹਾਸ ਬਤੌਰ ਮੁੱਖ ਮੰਤਰੀ ਉਹਨਾਂ ਦਾ ਰਿਹਾ ਔਰ ਇਸ ਵਾਰ ਬੀਜੇਪੀ ਨੇ ਇੱਕ ਹੈਵੀ ਪੋਰਟਫੋਲੀਓ ਤਾਂ ਇਹਨਾਂ ਨੂੰ ਜ਼ਰੂਰ ਦਿੱਤਾ ਹੈ। ਇਨਫੈਕਟ ਇਹ ਵੀ ਹੈ ਕਿ 29 ਸੀਟਾਂ ਮੱਧ ਪ੍ਰਦੇਸ਼ ਦੀਆਂ ਸਾਰੀਆਂ ਦੀਆਂ ਸਾਰੀਆਂ ਬੀਜੇਪੀ ਜਿੱਤੀ ਹੈ, ਤਾਂ ਉਸਦਾ ਵੀ ਇੱਕ ਕ੍ਰੈਡਿਟ ਤੁਸੀਂ ਕਹਿ ਸਕਦੇ ਹੋ ਕਿ ਸ਼ਿਵਰਾਜ ਸਿੰਘ ਚੌਹਾਨ ਅਤੇ ਉਹਨਾਂ ਦੀ ਜਿਹੜੀ ਪਾਰਟੀ ਦੇ ਹੋਰ ਉੱਥੇ ਵਰਕਰ ਨੇ ਉਹਨਾਂ ਨੂੰ ਗਿਆ ਬੀਜੇਪੀ ਦੇ ਵਰਕਰ ਨੇ। ਤਾਂ ਖੇਤੀਬਾੜੀ ਮੰਤਰੀ ਅਤੇ ਪੇਂਡੂ ਵਿਕਾਸ ਮੰਤਰੀ ਇਹ ਸ਼ਿਵਰਾਜ ਸਿੰਘ ਚੌਹਾਨ ਨੇ। ਪਹਿਲੀ ਗੱਲ ਕਿ ਇਸ ਸਮੇਂ ਜਿਹੜੇ ਕਿਸਾਨ ਨੇ ਉਹ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਬੈਠੇ ਨੇ, ਹੁਣ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਜ਼ਿੰਮਾ ਸ਼ਿਵਰਾਜ ਸਿੰਘ ਚੌਹਾਨ ਦਾ ਹੋਏਗਾ। ਉਹ ਜਿਹੜੇ ਮੁੱਦਿਆਂ ਨੂੰ ਲੈ ਕੇ ਆਪਣੀ ਗੱਲਬਾਤ ਕਰਨਗੇ ਖੇਤੀਬਾੜੀ ਮੰਤਰੀ ਦੇ ਨਾਲ, ਪਹਿਲਾਂ ਨਰਿੰਦਰ ਸਿੰਘ ਤੋਮਰ ਦੇ ਨਾਲ ਹੁੰਦੀ ਰਹੀ ਜਦੋਂ 2020 ਦਾ ਅੰਦੋਲਨ ਸੀ, ਫਿਰ ਉਸ ਤੋਂ ਬਾਅਦ ਅਰਜੁਨ ਮੁੰਡਾ ਦੇ ਨਾਲ ਹੁੰਦੀ ਰਹੀ ਅਤੇ ਹੁਣ ਸ਼ਿਵਰਾਜ ਸਿੰਘ ਚੌਹਾਨ ਦੇ ਦਫ਼ਤਰ ਦੇ ਨਾਲ ਗੱਲਬਾਤ ਹੋਏਗੀ। ਸ਼ਿਵਰਾਜ ਸਿੰਘ ਚੌਹਾਨ ਦੇ ਨਾਲ ਗੱਲਬਾਤ ਹੋਏਗੀ, ਕਿਸਾਨ ਆਗੂਆਂ ਦੀ। ਇਹ ਖੇਤੀਬਾੜੀ ਮੰਤਰੀ ਬਣਾ ਦਿੱਤੇ ਗਏ ਨੇ। ਅੱਛਾ, ਇਹਨਾਂ ਦੇ ਕੋਲ ਇੱਕ ਹੋਰ ਬਹੁਤ ਅਹਿਮ ਮੰਤਰਾਲੇ, ਪੇਂਡੂ ਵਿਕਾਸ ਮੰਤਰੀ। ਪੰਜਾਬ ਸਰਕਾਰ ਲਗਾਤਾਰ ਫੰਡ ਨੂੰ ਲੈ ਕੇ ਕੇਂਦਰ ਦੀ ਸਰਕਾਰ ਦੇ ਉੱਤੇ ਇਲਜ਼ਾਮ ਲਗਾਉਂਦੀ ਹੈ ਕਿ ਸਾਡਾ ਰੂਰਲ ਡਿਵੈਲਪਮੈਂਟ ਫੰਡ ਕੇਂਦਰ ਦੀ ਸਰਕਾਰ ਜਾਰੀ ਨਹੀਂ ਕਰਦੀ, ਉਹ ਪੈਸਾ ਰੋਕ ਕੇ ਰੱਖਿਆ ਗਿਆ ਹੈ।
ਤਾਂ ਪੇਂਡੂ ਵਿਕਾਸ ਮੰਤਰੀ ਦੇ ਤੌਰ ਦੇ ਉੱਤੇ RDF ਦੇ ਪੈਸੇ ਦੇ ਲਈ ਹੁਣ ਕੇਂਦਰ ਦੀ ਸਰਕਾਰ ਦੇ ਕੋਲ ਸ਼ਿਵਰਾਜ ਸਿੰਘ ਚੌਹਾਨ ਦੇ ਕੋਲ ਅਪਰੋਚ ਕਰਨਾ ਹੋਏਗਾ ਪੰਜਾਬ ਸਰਕਾਰ ਜਾਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ। ਤੇ ਬਹੁਤ ਅਹਿਮ ਮੰਤਰਾਲਾ ਹੈ ਸ਼ਿਵਰਾਜ ਸਿੰਘ ਚੌਹਾਨ ਦੇ ਕੋਲ, ਜਿਹੜਾ ਖੇਤੀਬਾੜੀ ਮੰਤਰੀ ਉਹਨਾਂ ਨੂੰ ਬਣਾ ਦਿੱਤਾ ਗਿਆ ਹੈ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਬਣਾਇਆ ਗਿਆ। ਤਾਂ ਇਹ ਦੋਵੇਂ ਮੰਤਰਾਲੇ ਜਿਹੜੇ ਅਜਿਹੇ ਨੇ ਉਹਨਾਂ ਦੇ ਕੋਲ ਜਿਹੜੇ ਸਿੱਧੇ ਤੌਰ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਲੀਡਰ ਨੇ ਪੰਜਾਬ ਦੇ ਜਾਂ ਫਿਰ ਜਿਹੜੇ ਪੰਜਾਬ ਦੇ ਅਧਿਕਾਰੀ ਹੋਣਗੇ, ਇਹਨਾਂ ਦੋਵੇਂ ਮੰਤਰਾਲਿਆਂ ਤੱਕ ਜ਼ਰੂਰ ਪਹੁੰਚ ਕਰਨਗੇ, ਯਾਨੀ ਸ਼ਿਵਰਾਜ ਸਿੰਘ ਚੌਹਾਨ ਤੱਕ ਪਹੁੰਚ ਕਰਨੀ ਹੋਏਗੀ। ਅੱਗੇ ਵੱਧਦੇ ਹਾਂ ਤੇ ਹੁਣ ਹੋਰ ਕਿਹੜੇ ਪੰਜਾਬ ਦੇ ਮੰਤਰੀਆਂ ਦੇ ਨਾਲ ਵਾਸਤਾ ਹੋਏਗਾ। ਉਹਨਾਂ ਦੇ ਵਿੱਚ ਅਗਲਾ ਨਾਮ ਹੈ JP ਨੱਡਾ ਦਾ, ਇਹ ਵੀ ਬਹੁਤ ਇੰਪੋਰਟੈਂਟ ਹੈ। ਸਿਹਤ ਮੰਤਰੀ ਬਣਾਇਆ ਗਿਆ, ਖਾਦ ਤੇ ਕੈਮੀਕਲ ਮੰਤਰੀ ਬਣਾਇਆ ਗਿਆ, ਦੋਵੇਂ ਚੀਜ਼ਾਂ ਪੰਜਾਬ ਦੇ ਨਾਲ ਸਿੱਧੇ ਤੌਰ ਤੇ ਅਟੈਚ ਨੇ। JP ਨੱਡਾ ਮੌਜੂਦਾ ਸਮੇਂ ਦੇ ਵਿੱਚ BJP ਦੇ ਕੌਮੀ ਪ੍ਰਧਾਨ ਨੇ। ਦੂਜਾ ਪੁਆਇੰਟ, ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਨਾਲ ਤਾਲੁਕ ਰੱਖਦੇ ਨੇ। ਤੀਜਾ ਪੁਆਇੰਟ ਨੇ, ਸਿਹਤ ਮੰਤਰੀ 2014 ਵਾਲੀ ਇਨਿੰਗ ਦੇ ਵਿੱਚ ਵੀ ਰਹਿ ਚੁੱਕੇ ਨੇ ਮੋਦੀ ਸਰਕਾਰ ਦੇ ਵਿੱਚ, ਤੇ ਉਸ ਤੋਂ ਬਾਅਦ ਉਹਨਾਂ ਨੂੰ ਜ਼ਿੰਮੇਵਾਰੀ ਇਹ ਦਿੱਤੀ ਗਈ ਸੀ। ਅੱਛਾ, ਸਿਹਤ ਮੰਤਰੀ ਦੇ ਤੌਰ ਦੇ ਉੱਤੇ ਕਿਉਂਕਿ ਇਲਜ਼ਾਮ ਲੱਗਦੇ ਨੇ ਕਿ NHM ਦਾ ਪੈਸਾ, ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਹੈ, ਉਹ ਕੇਂਦਰ ਦੀ ਸਰਕਾਰ ਨੇ ਪੰਜਾਬ ਦਾ ਰੋਕਿਆ ਹੋਇਆ, ਤਾਂ ਉਹ ਸਿਹਤ ਮੰਤਰਾਲੇ ਦੇ ਕੋਲ ਵੀ ਸਿੱਧੇ ਤੌਰ ਤੇ ਉਸ ਨੂੰ ਲੈ ਕੇ ਪਹੁੰਚ ਕਰਨੀ ਹੁੰਦੀ ਹੈ। ਤਾਂ ਉਹ ਵੀ ਇੱਕ ਬਹੁਤ ਅਹਿਮ ਮੰਤਰਾਲਾ ਕਿ JP ਨੱਡਾ ਤੱਕ ਪਹੁੰਚ ਕਰਨੀ ਹੋਏਗੀ। ਅੱਛਾ, ਖਾਦ ਤੇ ਕੈਮੀਕਲ ਮੰਤਰੀ, ਹੁਣ ਪੰਜਾਬ ਕਿਸਾਨਾਂ ਦਾ ਸੂਬਾ ਕਿਹਾ ਜਾਂਦਾ ਹੈ, ਤਾਂ ਇੱਥੇ ਜਿਹੜੇ ਕਿਸਾਨ ਫਰਟੀਲਾਈਜ਼ਰ ਦਾ ਇਸਤੇਮਾਲ ਕਰਦੇ ਆ, ਖਾਦ ਦਾ ਇਸਤੇਮਾਲ ਕਰਦੇ ਆ, ਤਾਂ ਉਸਦੇ ਲਈ ਵੀ ਕੇਂਦਰ ਵਾਲੇ ਪਾਸੇ ਇੱਕ ਨਜ਼ਰ ਰਹਿੰਦੀ ਹੈ ਕਿ ਯੂਰੀਆ ਜਾਂ ਹੋਰ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਕਿਸ ਤਰੀਕੇ ਨਾਲ ਕਿਸਾਨਾਂ ਦੇ ਕੋਲ ਸਹੀ ਟਾਈਮ ਤੇ ਸਹੀ ਭਾਅ ਦੇ ਉੱਤੇ ਪਹੁੰਚੇ। ਤਾਂ ਇਹ ਬਹੁਤ ਦੋ ਅਹਿਮ ਮੰਤਰਾਲੇ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਦੀ ਨਜ਼ਰ ਰਹੇਗੀ। ਇਨਫੈਕਟ ਇਹ ਦੋਵੇਂ ਮੰਤਰਾਲੇ ਅਜਿਹੇ ਨੇ ਜੋ ਸਿੱਧੇ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ, ਇੱਕ ਪਾਸੇ ਸ਼ਿਵਰਾਜ ਸਿੰਘ ਚੌਹਾਨ ਤੇ ਦੂਜਾ JP ਨੱਡਾ। JP ਨੱਡਾ ਜਿਨ੍ਹਾਂ ਦੇ ਕੋਲ ਖਾਦ ਤੇ ਕੈਮੀਕਲ ਮੰਤਰੀ ਨੇ, ਔਰ ਦੂਜੇ ਪਾਸੇ ਸ਼ਿਵਰਾਜ ਸਿੰਘ ਚੌਹਾਨ ਖੇਤੀਬਾੜੀ ਮੰਤਰੀ ਨੇ, ਤਾਂ ਦੋਵਾਂ ਦੇ ਕੋਲ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਪਹੁੰਚ ਕਰਨੀ ਹੋਏਗੀ। ਹੋਏਗੀ, ਮੀਟਿੰਗਸ ਹੋਣਗੀਆਂ ਆਉਣ ਵਾਲੇ ਟਾਈਮ ਦੇ ਵਿੱਚ, ਜਦੋਂ ਸਟੇਟ ਤੇ ਸੈਂਟਰ ਦੇ ਅਧਿਕਾਰੀ ਤੇ ਮੰਤਰੀ ਬੈਠ ਕੇ ਗੱਲਬਾਤ ਕਰਦੇ ਨੇ, ਤਾਂ ਉਹਨਾਂ ਦੇ ਵਿੱਚ ਲਾਜ਼ਮੀ ਤੌਰ ਤੇ ਗੱਲਬਾਤ ਹੋਏਗੀ। ਉਸ ਤੋਂ ਬਾਅਦ ਮੈਂ ਜ਼ਿਕਰ ਕਰ ਲਵਾਂ ਪੇਂਡੂ ਵਿਕਾਸ ਮੰਤਰੀ ਕਿ RDF ਦਾ ਜਿਹੜਾ ਪੈਸਾ ਹੈ, ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਇਸ ਦੇ ਲਈ ਪਹੁੰਚ ਕਰਨੀ ਹੋਏਗੀ। ਸਿਹਤ ਮੰਤਰੀ NHM ਦੇ ਪੈਸੇ ਨੂੰ ਲੈ ਕੇ ਵੀ ਸਿਹਤ ਮੰਤਰਾਲੇ ਤੱਕ ਪਹੁੰਚ ਕਰਨੀ ਹੋਏਗੀ। ਅੱਛਾ, ਇੱਕ ਹੋਰ ਬਹੁਤ ਇੰਪੋਰਟੈਂਟ ਹੈ, CR ਪਾਟਿਲ, ਇਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਤੇ ਉਸ ਤੋਂ ਬਾਅਦ ਜਲ ਸ਼ਕਤੀ ਮੰਤਰੀ ਬਣਾਇਆ ਗਿਆ। ਜਲ ਸ਼ਕਤੀ ਮੰਤਰੀ ਪੰਜਾਬ ਦੇ ਲਈ ਬਹੁਤ ਅਹਿਮ ਹੈ। ਪੰਜਾਬ ਤੇ ਹਰਿਆਣਾ ਦੇ ਵਿਚਾਲੇ SYL ਦਾ ਮੁੱਦਾ ਆਪਾਂ ਸਾਰੇ ਜਾਣਦੇ ਹਾਂ ਕਿ ਸਤਲੁਜ ਯਮਲਾ ਲਿੰਕ ਦਾ ਵਿਵਾਦ ਅਜੇ ਹੈ ਜੋ ਸੁਪਰੀਮ ਕੋਰਟ ਪਹੁੰਚਿਆ ਹੋਇਆ। ਸੁਪਰੀਮ ਕੋਰਟ ਕੇਂਦਰ ਦੀ ਸਰਕਾਰ ਨੂੰ ਕਹਿੰਦਾ ਹੈ ਕਿ ਤੁਸੀਂ ਦੋਵੇਂ ਸੂਬਿਆਂ ਨੂੰ ਬਿਠਾਓ, ਗੱਲਬਾਤ ਕਰੋ ਤੇ ਕੋਈ ਵਿਚਾਲੇ ਦਾ ਰਾਹ ਕੱਢੋ। ਮੁਲਾਕਾਤਾਂ ਬਹੁਤ ਹੋਈਆਂ, ਮੀਟਿੰਗਸ ਬਹੁਤ ਹੋਈਆਂ, ਪਰ ਸਿਰੇ ਕੁਝ ਵੀ ਨਹੀਂ ਲੱਗਿਆ। ਗਜੇਂਦਰ ਸਿੰਘ ਸ਼ੇਖਾਵਤ ਨੇ ਵੀ ਬੜੀ ਕੋਸ਼ਿਸ਼ ਕਰ ਲਈ, ਉਹਨਾਂ ਦੇ ਕੋਲ ਮੰਤਰਾਲਾ ਰਿਹਾ। ਤਾਂ ਜਲ ਸ਼ਕਤੀ ਮੰਤਰੀ ਤੱਕ ਪਹੁੰਚ, ਜਲ ਸ਼ਕਤੀ ਮੰਤਰੀ ਤੱਕ ਜਾਣਾ ਹੋਏਗਾ, ਤਾਂ ਲਾਜ਼ਮੀ ਤੌਰ ਤੇ ਇੱਕ ਅਜਿਹਾ ਮੰਤਰਾਲਾ ਹੈ ਜਿਸ ਦੇ ਉੱਤੇ ਨਜ਼ਰ ਰਹੇਗੀ ਕਿ SYL ਦਾ ਮਸਲਾ, CR ਪਾਟਿਲ ਦੀ ਪਿਟਾਰੇ ਦੇ ਵਿੱਚ ਕੋਈ ਇਸ ਤਰੀਕੇ ਦਾ ਫਾਰਮੂਲਾ ਹੋਏਗਾ ਕਿ SYL ਦੇ ਮਸਲੇ ਨੂੰ ਸੁਲਝਾ ਲਿਆ ਜਾਵੇ। ਇਨਫੈਕਟ ਸਿਰਫ ਪੰਜਾਬ ਨਹੀਂ ਬਲਕਿ ਦਿੱਲੀ, ਹਿਮਾਚਲ ਪ੍ਰਦੇਸ਼, ਹਰਿਆਣਾ, ਦਿੱਲੀ ਦੇ ਵਿੱਚ ਪਾਣੀ ਦੀ ਬਹੁਤ ਕਿੱਲਤ ਹੋ ਰੱਖੀ ਹੈ, ਔਰ ਇਸ ਕਿੱਲਤ ਦੇ ਵਿਚਾਲੇ ਸੁਪਰੀਮ ਕੋਰਟ ਨੇ ਕਿਹਾ ਹਿਮਾਚਲ ਪ੍ਰਦੇਸ਼ ਨੂੰ ਕਿ ਤੁਸੀਂ 137 ਕਿਊਸਿਕ ਪਾਣੀ ਜ਼ਿਆਦਾ ਛੱਡੋ। ਉਸ ਦੇ ਬਾਵਜੂਦ ਦਿੱਲੀ ਕਹਿ ਰਹੀ ਹੈ ਕਿ ਸਾਨੂੰ ਪਾਣੀ ਨਹੀਂ ਮਿਲ ਰਿਹਾ ਔਰ ਪਾਣੀ ਦੀ ਕਿੱਲਤ ਹੈ ਪੀਣ ਵਾਲੇ ਪਾਣੀ ਦੀ। ਤਾਂ ਇਸ ਕਰਕੇ ਦਿੱਲੀ ਦੇ ਲਈ ਵੀ ਇਹ ਬਹੁਤ ਇੰਪੋਰਟੈਂਟ, ਲਾਜ਼ਮੀ ਤੌਰ 'ਤੇ ਇਹ ਵਿਭਾਗ ਔਰ ਇਹ ਮੰਤਰਾਲਾ ਬਣ ਚੁੱਕਿਆ। ਅੱਛਾ, ਅੱਗੇ ਵੱਧਦੇ, ਇੱਕ ਹੋਰ ਡਿਪਾਰਟਮੈਂਟ ਹੈ ਜਿਸਦਾ ਜ਼ਿਕਰ ਨਾ ਸਿਰਫ ਪੰਜਾਬ, ਇਨਫੈਕਟ ਕੋਈ ਵੀ ਡਿਪਾਰਟਮੈਂਟ ਹੋਵੇ, ਸਾਰੇ ਸਟੇਟਸ ਅਪਰੋਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਥੋਂ ਫੰਡ ਲੈ ਕੇ ਆਈਏ, ਕੋਈ ਪ੍ਰੋਜੈਕਟ ਲੈ ਕੇ ਆਈਏ, ਤਾਂ ਉਹਨਾਂ ਦੇ ਵਿੱਚ ਇੱਕ ਜਲ ਸ਼ਕਤੀ ਵਿਭਾਗ ਵੀ ਹੈ। ਇਸ ਤੋਂ ਬਾਅਦ ਅੱਗੇ ਵੱਧਦੇ ਹਾਂ, ਮਨੋਹਰ ਲਾਲ, ਬਿਲਕੁਲ ਇਹ ਬਹੁਤ ਇੰਪੋਰਟੈਂਟ ਹੈ। ਗੁਆਂਢੀ ਸੂਬੇ ਦੇ ਸਾਬਕਾ CM ਮਨੋਹਰ ਲਾਲ ਖੱਟਰ, ਜਿਨ੍ਹਾਂ ਦੇ ਕੋਲ ਦੋ, ਇੱਕ ਤੁਸੀਂ ਕਹਿ ਸਕਦੇ ਹੋ ਸਟਰੋਂਗ ਪੋਰਟਫੋਲੀਓਜ਼ ਦੇ ਦਿੱਤੇ ਗਏ ਨੇ,
ਇੱਕ ਉਹਨਾਂ ਦੇ ਕੋਲ ਹੈ ਸ਼ਹਿਰੀ ਵਿਕਾਸ ਮੰਤਰਾਲਾ, ਇੱਕ ਹੈ ਬਿਜਲੀ ਮੰਤਰਾਲਾ। ਅੱਛਾ, ਦੋਵੇਂ ਚੀਜ਼ਾਂ ਦੀ ਪੰਜਾਬ ਨੂੰ ਬੜੀ ਜ਼ਰੂਰਤ ਰਹੇਗੀ। ਜਦੋਂ ਸ਼ਹਿਰੀ ਵਿਕਾਸ ਮੰਤਰੀ ਦੇ ਤੌਰ ਦੇ ਉੱਤੇ ਜ਼ਿਕਰ ਕਰਦੇ ਹਾਂ ਤਾਂ ਪੰਜਾਬ ਦੇ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਦੇ ਵਿਕਾਸ ਨੂੰ ਲੈ ਕੇ, ਉਹਨਾਂ ਨੂੰ ਲੈ ਕੇ ਅਗਲੇ ਪ੍ਰੋਜੈਕਟ ਕੀ ਨੇ, ਉਹਨਾਂ ਦੇ ਵਿੱਚ ਵੱਡੀਆਂ ਫੈਸਿਲਿਟੀਜ਼ ਕਿਸ ਤਰੀਕੇ ਨਾਲ ਆਉਣ, ਤਾਂ ਉੱਥੋਂ ਸਾਰਾ ਕੁਝ ਸੈਂਟਰ ਦੇ ਜ਼ਰੀਏ ਹੁੰਦਾ, ਤਾਂ ਸ਼ਹਿਰੀ ਵਿਕਾਸ ਮੰਤਰੀ ਉਹਨਾਂ ਨੂੰ ਬਣਾ ਦਿੱਤਾ ਗਿਆ। ਔਰ ਸ਼ਹਿਰੀ ਵਿਕਾਸ ਮੰਤਰੀ ਦਾ ਇੱਕ ਵੱਡਾ ਰੋਲ ਹੈ ਹੁਣ ਜਲੰਧਰ ਨੂੰ, ਲੁਧਿਆਣਾ ਨੂੰ, ਪਟਿਆਲਾ ਨੂੰ, ਅੰਮ੍ਰਿਤਸਰ ਨੂੰ, ਬਠਿੰਡਾ ਨੂੰ, ਹੋਰ ਜਿਹੜੇ ਵੱਡੇ ਸ਼ਹਿਰ ਹੈ ਪੰਜਾਬ ਦੇ ਵਿੱਚ, ਮੋਹਾਲੀ ਹੋ ਗਿਆ ਜਾਂ ਹੋਰ ਜਿਹੜੇ ਤੁਸੀਂ ਕਹਿ ਸਕਦੇ ਹੋ, ਇਹਨਾਂ ਤੋਂ ਨਿੱਕੇ ਸ਼ਹਿਰ ਵੀ ਹੈਗੇ, ਨਗਰ ਨਿਗਮ ਤਾਂ ਬਹੁਤ ਸਾਰੇ ਨੇ, ਪਰ ਇਹ ਸਭ ਦੇ ਵਿਚਾਲੇ ਇਹ ਬਹੁਤ ਇੰਪੋਰਟੈਂਟ ਹੋਏਗਾ ਬਿਜਲੀ ਮੰਤਰੀ ਦੇ ਤੌਰ ਦੇ ਉੱਤੇ ਵੀ। ਅੱਛਾ, ਪੰਜਾਬ ਦੇ ਵਿੱਚ ਬਿਜਲੀ ਦੇ ਮੁੱਦੇ ਨੂੰ ਲੈ ਕੇ ਖੂਬ ਸਿਆਸਤ ਹੁੰਦੀ ਰਹਿੰਦੀ ਹੈ, ਇਸ ਕਰਕੇ ਬਹੁਤ ਇੰਪੋਰਟੈਂਟ ਰਹੇਗਾ। ਇੱਕ ਹੋਰ ਮੈਂ ਤੁਹਾਨੂੰ ਐਡ ਕਰ ਦਵਾਂ ਕਿ ਜਦੋਂ ਮੋਦੀ ਸਰਕਾਰ 3.0 ਬਣੀ ਹੈ, ਪ੍ਰਧਾਨ ਮੰਤਰੀ ਨੇ ਜਾ ਕੇ ਅਹੁਦਾ ਸੰਭਾਲਿਆ, ਉਸ ਤੋਂ ਬਾਅਦ ਕੈਬਨਿਟ ਦੀ ਮੀਟਿੰਗ ਹੋਈ ਹੈ, ਔਰ ਕੈਬਨਿਟ ਦੀ ਮੀਟਿੰਗ ਦੇ ਵਿੱਚ ਸ਼ਹਿਰੀ ਵਿਕਾਸ ਮੰਤਰਾਲੇ ਦੇ ਨਾਲ ਜੁੜਿਆ ਹੋਇਆ ਇੱਕ ਅਹਿਮ ਫੈਸਲਾ ਲਿਆ ਗਿਆ। ਜਿਹੜੇ 3 ਕਰੋੜ ਘਰ ਬਣਾਉਣ ਦਾ, ਘਰ ਬਣਾਉਣ ਦੇ ਵਿੱਚ ਮਦਦ ਦਾ ਐਲਾਨ ਕੀਤਾ ਗਿਆ, ਤਾਂ ਉਹ ਸਿੱਧਾ ਇਸ ਡਿਪਾਰਟਮੈਂਟ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ, ਤਾਂ ਬਹੁਤ ਇੰਪੋਰਟੈਂਟ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਮਨੋਹਰ ਲਾਲ ਖੱਟਰ ਦੇ ਕੋਲ ਵੀ ਇਹ ਮੰਤਰਾਲਾ ਹੈ। ਇਨਫੈਕਟ ਬਿਜਲੀ ਮੰਤਰੀ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਫਿਰ ਕੋਲੇ ਦੀ ਢੋਆ ਢੁਆਈ ਨੂੰ ਲੈ ਕੇ ਪੰਜਾਬ ਸਰਕਾਰ ਕੇਂਦਰ 'ਤੇ ਚੁੱਕਦੀ ਰਹੀ ਹੈ ਸਵਾਲ, ਅਤੇ ਕੇਂਦਰੀ ਪੂਲ ਦੇ ਵਿੱਚੋਂ ਬਿਜਲੀ ਸਪਲਾਈ ਨੂੰ ਲੈ ਕੇ ਵੀ ਵਿਵਾਦ ਰਿਹਾ ਹੈ, ਤਾਂ ਇਹ ਵੀ ਇੱਕ ਬਹੁਤ ਇੰਪੋਰਟੈਂਟ ਜ਼ਰੂਰ ਹੋਏਗਾ ਕਿ ਬਿਜਲੀ ਮੰਤਰੀ ਦੇ ਤੌਰ ਦੇ ਉੱਤੇ। ਔਰ ਇਨਫੈਕਟ ਅਗਲੇ 1-2 ਮਹੀਨਿਆਂ ਤੱਕ 11 ਜੂਨ ਅਤੇ 15 ਜੂਨ ਤੋਂ ਪੰਜਾਬ ਭਰ ਦੇ ਵਿੱਚ ਝੋਨਾ ਲੱਗਣਾ ਸ਼ੁਰੂ ਹੋ ਜਾਣਾ ਹੈ। ਜੂਨ ਦਾ ਮਹੀਨਾ ਜਿੱਥੇ ਝੋਨਾ ਬਹੁਤ ਲੱਗੇਗਾ, ਤਾਂ ਫਿਰ ਬਿਜਲੀ ਦੀ ਬਹੁਤ ਜ਼ਿਆਦਾ ਜ਼ਰੂਰਤ ਪੰਜਾਬ ਨੂੰ ਹੋਏਗੀ, ਕੋਲੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੋਏਗੀ, ਤਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿੱਥੇ ਵਿਵਾਦ ਹੋਏਗਾ ਤਾਂ ਫਿਰ ਮਨੋਹਰ ਲਾਲ ਖੱਟਰ ਵਾਲੇ ਪਾਸੇ ਜਾਣਾ ਪੈਣਾ ਹੈ, ਕਿਉਂਕਿ ਪੰਜਾਬ ਨੂੰ ਇਹਨਾਂ ਮੁੱਦਿਆਂ ਦੇ ਉੱਤੇ, ਇਨਫੈਕਟ ਜਦੋਂ ਬਿਜਲੀ ਦੀ ਕਿੱਲਤ ਹੋ ਜਾਂਦੀ ਹੈ ਤਾਂ ਫਿਰ ਕਿਵੇਂ ਬਿਜਲੀ ਪੂਰੀ ਹੁੰਦੀ ਹੈ, ਤਾਂ ਨੈਸ਼ਨਲ ਜਿਹੜਾ ਪੂਲ ਹੈ, ਗ੍ਰਿਡ ਹੈ, ਉਸ ਤੋਂ ਬਿਜਲੀ ਲਈ ਜਾਂਦੀ ਹੈ, ਪੰਜਾਬ ਲੈਂਦਾ ਹੈ, ਮੌਜੂਦਾ ਸਮੇਂ ਦੇ ਵਿੱਚ ਲੈ ਰਿਹਾ, ਤਾਂ ਹੀ ਬਿਜਲੀ ਪੂਰੀ ਹੋ ਰਹੀ ਹੈ ਇੰਨੀ ਜ਼ਬਰਦਸਤ ਗਰਮੀ ਦੇ ਵਿਚਾਲੇ। ਤਾਂ ਉੱਥੇ ਵੀ ਜਿਹੜੇ ਬਿਜਲੀ ਮੰਤਰੀ ਹੁੰਦੇ ਨੇ ਉਹਨਾਂ ਦਾ ਇੱਕ ਬਹੁਤ ਅਹਿਮ ਰੋਲ ਰਹਿੰਦਾ ਹੈ। ਹੁਣ ਗੁਆਂਢੀ ਸੂਬੇ ਵਾਲੇ ਗੁਆਂਢੀ ਸੂਬੇ ਦੀ ਕਿੰਨੀ ਮਦਦ ਕਰਨਗੇ, ਇਨਫੈਕਟ ਮਨੋਹਰ ਲਾਲ ਖੱਟਰ ਦੇ ਲਈ ਇਹ ਵੀ ਹੈ ਕਿ ਮਨੋਹਰ ਲਾਲ ਖੱਟਰ ਨੂੰ ਇੱਕ ਪੰਜਾਬੀ ਦੇ ਤੌਰ ਦੇ ਉੱਤੇ ਵੀ ਜਾਣਿਆ ਜਾਂਦਾ ਹੈ, ਔਰ ਸਾਬਕਾ ਸੀਐਮ ਨੇ ਹਰਿਆਣਾ ਦੇ, ਦੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਉਹ ਪੰਜਾਬ ਦੇ ਮੁੱਦੇ ਦੇ ਉੱਤੇ ਗੱਲਬਾਤ ਪੰਜਾਬ ਦੇ ਮੰਤਰੀਆਂ ਜਾਂ ਫਿਰ ਅਧਿਕਾਰੀਆਂ ਦੇ ਨਾਲ ਕਰਦੇ ਹਨ। ਔਰ ਦੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਖੇਤੀਬਾੜੀ ਮੰਤਰੀ, ਸਿਹਤ ਮੰਤਰੀ JP ਨੱਡਾ ਅਤੇ ਦੂਜੇ ਪਾਸੇ ਸ਼ਿਵਰਾਜ ਸਿੰਘ ਚੌਹਾਨ, CR ਪਾਟਿਲ ਕੈਬਨਿਟ ਮੰਤਰੀ ਨੇ, ਜਲ ਸ਼ਕਤੀ ਮੰਤਰਾਲਾ ਇਹਨਾਂ ਨੂੰ ਸੌਂਪਿਆ ਗਿਆ, ਔਰ ਬਿਜਲੀ ਮੰਤਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ ਖੱਟਰ ਜਿਹਨਾਂ ਨੂੰ ਬਣਾਇਆ ਗਿਆ, ਔਰ ਬਹੁਤ ਇੰਪੋਰਟੈਂਟ ਪੋਰਟਫੋਲੀਓ ਇਹਨਾਂ ਦੇ ਕੋਲ ਹੈਗੇ ਨੇ। ਜਿਸ ਤਰੀਕੇ ਨਾਲ ਮੈਂ ਜ਼ਿਕਰ ਕਰ ਰਿਹਾ ਕਿ ਪੰਜਾਬ ਨੂੰ ਬਹੁਤ ਉਮੀਦਾਂ ਹੋਣਗੀਆਂ ਕਿ ਇਸ ਪੂਰੇ ਪੋਰਟਫੋਲੀਓਜ਼ ਦੇ ਦੌਰਾਨ ਇਹਨਾਂ ਦੇ ਕੋਲ ਸਟਰੋਂਗ ਪੋਰਟਫੋਲੀਓਜ਼ ਆਏ ਨੇ, ਤਾਂ ਉਸਦਾ ਫਾਇਦਾ ਪੰਜਾਬ ਨੂੰ ਵੀ ਪਹੁੰਚੇ। ਹਾਲਾਂਕਿ ਇੰਡੀਆ ਬਲੌਕ ਜਿੱਥੇ ਪੰਜਾਬ ਦੇ ਵਿੱਚ ਸਰਕਾਰ ਹੈ, ਆਮ ਆਦਮੀ ਪਾਰਟੀ ਦੀ, ਆਮ ਆਦਮੀ ਪਾਰਟੀ ਹੈ ਇੰਡੀਆ ਬਲੌਕ ਦਾ ਹਿੱਸਾ, ਪੰਜਾਬ 'ਚ ਆਮ ਆਦਮੀ ਪਾਰਟੀ ਦੇ ਜਿਹੜੇ 3 MP ਚੁਣੇ ਗਏ ਨੇ ਉਹ ਇੰਡੀਆ ਬਲੌਕ ਵਾਲੇ ਪਾਸੇ ਬੈਠਣਗੇ, ਵਿਪਕਸ਼ ਹੋਏਗਾ, ਵਿਰੋਧੀ ਧਿਰ ਹੋਏਗੀ, ਉਹ ਤੁਸੀਂ ਕਹਿ ਸਕਦੇ ਹੋ ਕਿ ਉਮੀਦ ਇਹੀ ਕਰ ਸਕਦੇ ਹਾਂ ਕਿ ਇਹ ਜ਼ਰੂਰ ਮਜ਼ਬੂਤੀ ਦੇ ਨਾਲ ਪੰਜਾਬ ਦੇ ਮੁੱਦਿਆਂ ਨੂੰ ਚੁੱਕਣ, ਔਰ ਪੰਜਾਬ ਦੇ ਜਿਹੜੇ ਆਪਾਂ ਜ਼ਿਕਰ ਕਰ ਰਹੇ ਹਾਂ ਮੁੱਦਿਆਂ ਦਾ, ਉਹਨਾਂ ਤੱਕ ਪਹੁੰਚ ਕੀਤੀ ਜਾਵੇ। ਮੈਂ ਤੁਹਾਨੂੰ ਕੁਝ ਹੀ ਪਲਾਂ ਦੇ ਵਿੱਚ 4 ਅਹਿਮ ਮੰਤਰਾਲੇ ਦਿਖਾਵਾਂਗਾ ਜਿਨ੍ਹਾਂ ਦੇ ਵਿੱਚ ਪੰਜਾਬ ਦਾ ਵਾਸਤਾ, ਜਿਨ੍ਹਾਂ ਦੇ ਨਾਲ ਸਿੱਧੇ ਤੌਰ ਦੇ ਉੱਤੇ ਪੈਣ ਜਾ ਰਿਹਾ ਹੈ। 4 ਮੰਤਰਾਲੇ ਹੁਣ ਸਾਡੇ ਸਾਹਮਣੇ ਆਉਣਗੇ ਜੋ ਮੈਂ ਹੁਣ ਤੱਕ ਪਹਿਲਾਂ ਜ਼ਿਕਰ ਕਰ ਚੁੱਕਿਆ, ਔਰ ਮੈਂ ਸ਼ੁਰੂਆਤ ਕਰ ਲਵਾਂ ਜਿਹੜੇ 4 ਮੰਤਰਾਲੇ ਨੇ ਉਹਨਾਂ ਦੇ ਵਿੱਚ, ਖੇਤੀਬਾੜੀ ਮੰਤਰੀ, ਪਿੰਡ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਔਰ ਉਸ ਤੋਂ ਬਾਅਦ JP ਨੱਡਾ, ਸਿਹਤ ਮੰਤਰੀ ਅਤੇ ਖਾਦ ਅਤੇ ਕੈਮੀਕਲ ਮੰਤਰੀ, ਇਹ 2 ਅਹਿਮ ਚਿਹਰੇ ਨੇ। ਉਸ ਤੋਂ ਬਾਅਦ CR ਪਾਟਿਲ ਕੈਬਨਿਟ ਮੰਤਰੀ ਨੇ, ਜਲ ਸ਼ਕਤੀ ਮੰਤਰਾਲਾ ਹੋਏਗਾ, ਸ਼ਹਿਰੀ ਵਿਕਾਸ ਮੰਤਰੀ ਅਤੇ ਬਿਜਲੀ ਮੰਤਰੀ ਹੈ ਮਨੋਹਰ ਲਾਲ ਖੱਟਰ।
ਜਦੋਂ ਕਿਸਾਨਾਂ ਦਾ ਮੁੱਦਾ ਹੋਏਗਾ ਸ਼ਿਵਰਾਜ ਸਿੰਘ ਚੌਹਾਨ ਦਾ ਰੁੱਖ ਕਰਨਾ ਹੋਏਗਾ ਔਰ ਚਾਹੇ ਉਹ CCL ਦਾ ਜ਼ਿਕਰ ਹੋਵੇ ਜਾਂ ਪੰਜਾਬ ਦੇ ਵਿੱਚ ਜਿਹੜੇ ਕਿਸਾਨਾਂ ਦੇ ਨਾਲ ਜੁੜੇ ਹੋਰ ਇਸ਼ੂਜ਼ ਨੇ ਉਹਨਾਂ ਦੀ ਗੱਲ ਹੋਵੇ ਇਨਫੈਕਟ ਜਿਹੜੇ ਬਾਰਡਰ ਦੇ ਉੱਤੇ ਇਸ ਸਮੇਂ ਖਨੌਰੀ ਜਾਂ ਸ਼ੰਭੂ ਵਿੱਚ ਬੈਠੇ ਹੋਏ ਨੇ ਉਹਨਾਂ ਕਿਸਾਨਾਂ ਦਾ ਜ਼ਿਕਰ ਹੋਵੇ ਤਾਂ ਸ਼ਿਵਰਾਜ ਸਿੰਘ ਚੌਹਾਨ ਦੇ ਦਫ਼ਤਰ ਦਾ ਦਰਵਾਜ਼ਾ ਖੜਕਾਉਣਾ ਹੋਏਗਾ ਕਿ ਮਸਲੇ ਹੱਲ ਕਰੋ ਜਾਂ ਜੋ ਵੀ ਉਹਨਾਂ ਦੇ ਕੰਸਰਨਸ ਹੋਣਗੇ ਉਹਨਾਂ ਦੇ ਲਈ ਇਨਫੈਕਟ ਪੇਂਡੂ ਵਿਕਾਸ ਮੰਤਰੀ ਵੀ ਉਹਨਾਂ ਨੂੰ ਬਣਾਇਆ ਗਿਆ ਮੈਂ ਉਸ ਦੇ ਉੱਤੇ ਆਵਾਂ ਪਰ ਉਸ ਤੋਂ ਪਹਿਲਾਂ JP ਨੱਡਾ ਖਾਦ ਤੇ ਕੈਮੀਕਲ ਮੰਤਰੀ ਨੇ ਇਹ ਵੀ ਬਹੁਤ ਇੰਪੋਰਟੈਂਟ ਹੈ ਸਿੱਧੇ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਫਰਟੀਲਾਈਜ਼ਰ ਨੂੰ ਲੈ ਕੇ ਬਹੁਤ ਸਾਰੀਆਂ ਕੁਐਰੀਜ਼ ਰਹਿੰਦੀਆਂ ਨੇ ਬਹੁਤ ਸਾਰੇ ਕਿੰਤੂ ਪਰੰਤੂ ਰਹਿੰਦੇ ਨੇ ਤਾਂ ਉਹਨਾਂ ਦੇ ਕੋਲ ਵੀ ਇੱਕ ਬਹੁਤ ਇੰਪੋਰਟੈਂਟ ਜਿਹੜਾ ਇਹ ਪੂਰਾ ਡਿਪਾਰਟਮੈਂਟ ਹੈਗਾ ਸ਼ਿਵਰਾਜ ਸਿੰਘ ਚੌਹਾਨ ਤੇ JP ਨੱਡਾ ਕਿਸਾਨਾਂ ਦੇ ਨਾਲ ਜੁੜੇ ਹੋਏ ਮੁੱਦੇ ਦੇ ਉੱਤੇ ਲਾਜ਼ਮੀ ਤੌਰ ਤੇ ਇਹਨਾਂ ਤੱਕ ਪਹੁੰਚ ਕਰਨੀ ਹੋਏਗੀ ਉਸ ਤੋਂ ਬਾਅਦ ਮਨੋਹਰ ਲਾਲ ਇਹਨਾਂ ਤੱਕ ਵੀ ਪਹੁੰਚ ਕਿਸਾਨਾਂ ਦੇ ਮਸਲੇ ਉੱਤੇ ਇਸ ਕਰਕੇ ਹੈ ਕਿਉਂਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਰਿਹਾ ਅਗਲੇ 2-3 ਮਹੀਨੇ ਆਪਾਂ ਨੂੰ ਪਤਾ ਕਿ ਪਾਣੀ ਦੀ ਬਹੁਤ ਜ਼ਰੂਰਤ ਹੋਏਗੀ ਪੰਜਾਬ ਦੇ ਖੇਤਾਂ ਦੇ ਵਿੱਚ ਔਰ ਪਾਣੀ ਕਿਵੇਂ ਆਏਗਾ ਜਾਂ ਤਾਂ ਤੁਸੀਂ ਕਹਿ ਲਓ ਕਿ ਨਹਿਰੀ ਰਜਵਾਏ ਸੂਇਆਂ ਦੇ ਨਾਲ ਪਹੁੰਚੇਗਾ ਸਾਡੇ ਖੇਤਾਂ ਤੱਕ ਪਾਣੀ ਜਾਂ ਫਿਰ ਬੰਬੀਆਂ ਦੇ ਜ਼ਰੀਏ ਬੰਬੀਆਂ ਦੇ ਲਈ ਚਾਹੀਦੀ ਹੋਏਗੀ ਲਾਈਟ ਆਏਗੀ ਜਾਂ ਤਾਂ ਪੰਜਾਬ ਦੇ ਜਿਹੜੇ ਥਰਮਲ ਪਲਾਂਟ ਨੇ ਉਹਨਾਂ ਤੋਂ ਜਾਂ ਫਿਰ ਸਾਨੂੰ ਲੈਣੀ ਪਏਗੀ ਜਿਹੜੀ ਨੈਸ਼ਨਲ ਗ੍ਰਿਡ ਹੈ ਉਹਦੇ ਵਿੱਚੋਂ ਉਸਦੇ ਵਿੱਚੋਂ ਆਪਾਂ ਪੂਲ ਦੇ ਵਿੱਚੋਂ ਆਪਣੇ ਪੰਜਾਬ ਵਾਸਤੇ ਖਰੀਦਦੇ ਹਾਂ ਥੋੜ੍ਹੀ ਮਹਿੰਗੀ ਹੁੰਦੀ ਹੈ ਪਰ ਉੱਥੋਂ ਹੀ ਪੂਰਤੀ ਕੀਤੀ ਜਾਂਦੀ ਹੈ ਕਿਉਂਕਿ ਜਿਹੜੀ ਖਪਤ ਹੈ ਉਹ 15,000 ਮੈਗਾਵਾਟ ਤੱਕ ਪਹੁੰਚ ਜਾਂਦੀ ਹੈ ਇਸ ਕਰਕੇ ਉੱਥੋਂ ਪੂਲ ਤੋਂ ਲੈਣੀ ਪੈਂਦੀ ਹੈ ਤਾਂ ਫਿਰ ਬਿਜਲੀ ਮੰਤਰੀ ਦਾ ਬਹੁਤ ਇੰਪੋਰਟੈਂਟ ਰੋਲ ਹੋਏਗਾ ਯਾਨੀ ਕਿ ਮਨੋਹਰ ਲਾਲ ਖੱਟਰ ਦੇ ਨਾਲ ਜਿਹੜੇ ਪੰਜਾਬ ਦੇ ਬਿਜਲੀ ਮੰਤਰੀ ਨੇ ਹਰਭਜਨ ਸਿੰਘ ETO ਗੱਲਬਾਤ ਕਰਨੀ ਪੈਣੀ ਹੈ ਇਹਨਾਂ ਦੇ ਨਾਲ ਬਹੁਤ ਮੁਲਾਕਾਤਾਂ ਹੋਣਗੀਆਂ ਜਾਂ ਫਿਰ ਗੱਲਬਾਤ ਅੱਗੇ ਚੱਲਦੀ ਰਹੇਗੀ ਉਸ ਤੋਂ ਬਾਅਦ CR ਪਾਟਿਲ ਦਾ ਮੈਂ ਜ਼ਿਕਰ ਕਰ ਰਿਹਾ CR ਪਾਟਿਲ ਕਿਉਂਕਿ ਜਲ ਸ਼ਕਤੀ ਮੰਤਰੀ ਨੇ ਔਰ ਪੰਜਾਬ ਅਤੇ ਹਰਿਆਣਾ ਦੇ ਵਿੱਚ ਵਾਲਾ ਇੱਕ ਬਹੁਤ ਅਹਿਮ ਮੁੱਦਾ ਜਿਹੜਾ ਪਿਛਲੇ ਲੰਬੇ ਵੇਲੇ ਤੋਂ ਲਟਕ ਰਿਹਾ ਹੈ ਪਿਛਲੇ ਬਹੁਤ ਲੰਬੇ ਵੇਲੇ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਹੈਗਾ ਹੈ SYL ਦਾ ਔਰ SYL ਦੇ ਉੱਤੇ CR ਪਾਟਿਲ ਦੇ ਕੋਲ ਕੋਈ ਤਰਕੀਬ ਹੈ ਫਾਰਮੂਲਾ ਹੈ ਆਉਣ ਵਾਲਾ ਸਮਾਂ ਹੀ ਦੱਸੇ ਤਾਂ ਮੰਤਰਾਲਿਆਂ ਦੀ ਵੰਡ ਕਰ ਦਿੱਤੀ ਗਈ ਹੈ ਪਰ ਇਸ ਸਭ ਦੇ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੇ ਕਾਰਜਭਾਰ ਸੰਭਾਲਦੇ ਹੀ ਕਿਸਾਨ ਨਿਧੀ ਯੋਜਨਾ ਦੀ ਫਾਈਲ ਵੀ ਸਾਈਨ ਕਰ ਦਿੱਤੀ ਤਾਂ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਉਹ ਪ੍ਰਧਾਨ ਮੰਤਰੀ ਤੋਂ ਕਿਸਾਨਾਂ ਦੇ ਮਸਲੇ ਹੱਲ ਕਰਵਾਉਣਗੇ ਜਦਕਿ ਕਿਸਾਨਾਂ ਦਾ ਕਹਿਣਾ ਕਿ ਜੇ ਪ੍ਰਧਾਨ ਮੰਤਰੀ ਵਾਕਈ ਕਿਸਾਨ ਹਿਤੈਸ਼ੀ ਨੇ ਤਾਂ ਫਿਰ ਧਰਨਿਆਂ ਤੇ ਬੈਠੇ ਅੰਨਦਾਤਾ ਦੀ ਗੱਲ ਸੁਣੋ ਨਰੇਂਦਰ ਦਾਮੋਦਰ ਦਾਸ ਮੋਦੀ ਈਸ਼ਵਰ ਕੀ ਸ਼ਪਥ ਲੇਤਾ ਹੂੰ ਕਿ ਮੈਂ ਵਿਧੀ ਦੁਆਰਾ ਸਥਾਪਿਤ ਭਾਰਤ ਕੇ ਸੰਵਿਧਾਨ ਕੇ ਪ੍ਰਤੀ ਸੱਚੀ ਸ਼ਰਧਾ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦਾ ਹਲਫ ਲੈਣ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਜਭਾਰ ਸੰਭਾਲਿਆ ਤੇ ਪਹਿਲੇ ਦਿਨ ਹੀ ਕਿਸਾਨਾਂ ਦੇ ਹੱਕ ਦੇ ਵਿੱਚ ਪਹਿਲਾ ਕੰਮ ਕੀਤਾ ਪ੍ਰਧਾਨ ਮੰਤਰੀ ਨੇ ਕਿਸਾਨ ਨਿਧੀ ਯੋਜਨਾ ਦੀ ਫਾਈਲ ਸਾਈਨ ਕੀਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਕਿਸਾਨ ਭਲਾਈ ਦੇ ਲਈ ਕੰਮ ਕਰਦੀ ਰਹੇਗੀ ਸਰਕਾਰ ਕਿਸਾਨਾਂ ਦੀ ਤਰੱਕੀ ਦੇ ਲਈ ਵਚਨਬੱਧ ਹੈ ਦਰਅਸਲ ਕਿਸਾਨ ਨਿਧੀ ਯੋਜਨਾ ਦੀ 17ਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਹੁੰਚੀ ਹੈ 9.3 ਕਰੋੜ ਕਿਸਾਨਾਂ ਦੇ ਖਾਤਿਆਂ 'ਚ 20,000 ਕਰੋੜ ਰੁਪਏ ਪਹੁੰਚੇ ਨੇ ਤਾਂ ਮੰਤਰੀ ਬਣਨ ਦੇ ਬਾਅਦ ਰਵਨੀਤ ਬਿੱਟੂ ਦਾ ਵੀ ਕਿਸਾਨਾਂ ਨੂੰ ਲੈ ਕੇ ਬਿਆਨ ਆਇਆ ਬਿੱਟੂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਦਰਦ ਚੰਗੀ ਤਰ੍ਹਾਂ ਸਮਝਦੇ ਨੇ ਤਾਂ ਪ੍ਰਧਾਨ ਮੰਤਰੀ ਤੋਂ ਕਿਸਾਨਾਂ ਦੇ ਮਸਲੇ ਹੱਲ ਕਰਾਉਣਗੇ ਕਿਸਾਨਾਂ ਦਾ ਦਿਲ ਤਾਂ ਦੇਖੋ ਆਪ ਮੇਰਾ ਦਿਲ ਕਿਸਾਨ ਦਾ ਹੈ ਤੇ ਕਿਸਾਨ ਤਾਂ ਜਿਹੜਾ ਹੈ ਉਹ ਅੰਦਰ ਵੱਸਦਾ ਤੇ ਮੈਂ ਹੀ ਇੱਕ ਨਹਾਇਤ ਇੱਕ MP ਹਾਂ ਜਿਹੜਾ 1.25 ਸਾਲ ਕਿਸਾਨਾਂ ਦੇ ਲਈ ਇੱਥੇ ਜੰਤਰ ਮੰਤਰ ਤੁਹਾਡੇ ਮੂਹਰੇ ਬੈਠਾ ਰਿਹਾ ਇਸ ਕਰਕੇ ਮੇਰੇ ਤੋਂ ਵੱਧ ਕਿਸਾਨ ਦਾ ਦਰਦ ਕੌਣ ਜਾਣਦਾ ਉਹ ਦਰਦ ਮੇਰੇ ਅੰਦਰ ਆ ਤੇ ਮੈਂ ਉਹ ਕੈਬਨਿਟ 'ਚ ਬੈਠਾ ਹੁਣ ਉਹ ਦਰਦ ਜਿਹੜਾ ਦੂਰ ਪ੍ਰਧਾਨ ਮੰਤਰੀ ਤੋਂ ਕਰਵਾਉਣਾ ਉਹ ਮੇਰਾ ਕੰਮ
ਉਧਰ ਕਿਸਾਨ ਲੀਡਰਾਂ ਦਾ ਕਹਿਣਾ ਕਿ ਜੇ ਪ੍ਰਧਾਨ ਮੰਤਰੀ ਕਿਸਾਨ ਹਿਤੈਸ਼ੀ ਨੇ ਤਾਂ ਧਰਨਿਆਂ ਤੇ ਬੈਠੇ ਅੰਨਦਾਤਾ ਦੀ ਗੱਲ ਸੁਣ। ਮੈਂ ਸਮਝਦਾ ਹਾਂ ਕਿ ਜੇਕਰ ਮੋਦੀ ਜੀ ਨੇ ਕੋਈ ਕਿਸਾਨ ਕਲਿਆਣ ਲਈ ਕੰਮ ਕਰਨਾ ਹੈ ਤਾਂ ਕਿਸਾਨ ਤਾਂ ਬੈਠੇ ਬਾਰਡਰਾਂ ਤੇ, ਸੋ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਔਰ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਹੈ ਉਹਨਾਂ ਨੂੰ ਮੰਨ ਕੇ, ਕਿਉਂਕਿ ਕਿਸਾਨ ਜੀ ਜਿਹੜੀਆਂ ਮੰਗਾਂ ਨੇ ਉਹ ਜਾਇਜ਼ ਨੇ, ਉਹ ਕਿਸਾਨ ਕਲਿਆਣ ਵਾਸਤੇ ਹੀ ਨੇ, ਸੋ ਉਹਨਾਂ ਮੰਗਾਂ ਨੂੰ ਤੁਰੰਤ ਮੰਨਣ, ਆਪਣੇ ਆਪ ਕਿਸਾਨਾਂ ਦਾ ਕਲਿਆਣ ਹੋਏਗਾ। ਤਾਂ ਇਸ ਦੇ ਵਿਚਾਲੇ TMC ਦਾ ਵਫਦ ਖਨੌਰੀ ਬਾਰਡਰ ਤੇ ਪਹੁੰਚਿਆ ਤੇ ਅੰਦੋਲਨ ਕਰ ਰਹੇ ਕਿਸਾਨਾਂ ਦੇ ਨਾਲ 5 MPs ਨੇ ਮੁਲਾਕਾਤ ਕੀਤੀ। ਇਸ ਦੌਰਾਨ ਫੋਨ ਦੇ ਜ਼ਰੀਏ ਗੱਲ ਕਰਕੇ ਮਮਤਾ ਬੈਨਰਜੀ ਨੇ ਵੀ ਕਿਸਾਨਾਂ ਨੂੰ ਸਮਰਥਨ ਦਾ ਭਰੋਸਾ ਦਿੱਤਾ। ਹਮ ਵਹੀਂ ਪੇ ਹੈ, ਮੌਕੇ ਪਰ ਹੈ, ਸਭ ਦੇਖ ਰਹੇ ਹੈ, ਉਸੀ ਜਗ੍ਹਾ ਪੇ ਹੈ ਸਭੀ, ਆਪਕੇ MP ਸਾਹਿਬਾਨ ਹਮਾਰੇ ਸਾਥ ਹੈ, ਬਹੁਤ ਬਹੁਤ ਫਿਰ ਸੇ ਮੈਂ ਕਹੂੰਗਾ ਆਪਕਾ ਧੰਨਵਾਦ ਆਪਨੇ। किसान रमणियों को जिस तरीका से बोला गया, जिस तरीका से डिफेम किया गया, जिस तरीका से असम्मान किया गया, ये हम सहने नहीं, एकदम सहेंगे नहीं और इसके खिलाफ हम प्रोटेस्ट करते हैं। हम समझते हैं कि हम हर वक्त किसान के साथ हैं, किसान के साथ थे, किसान के साथ रहेंगे, किसान के मुद्दे उठाएंगे। तो इसके लिए उनका धन्यवाद करना चाहते हैं। दूसरी बात है, जो उन्होंने आए हैं यहाँ पे, तो जो उन्होंने वायदा किया है, तो यही कहा किया है कि हम आपकी बात संसद में उठाएंगे, आगे जो मानसून सीजन अपना सेशन आएगा उसमें जोर से आपकी बात रखी जाएगी। ਤਾਂ ਨਵੀਂ ਸਰਕਾਰ ਦਾ ਗਠਨ ਹੁੰਦਿਆਂ ਹੀ ਮੁੜ ਤੋਂ ਕਿਸਾਨੀ ਮੁੱਦੇ ਦਾ ਜ਼ਿਕਰ ਹੋਣ ਲੱਗਿਆ। ਖੈਰ, ਸਵਾਲ ਬਰਕਰਾਰ ਹੈ ਕਿ ਕਿਸਾਨੀ ਮੰਗਾਂ ਦਾ ਹੱਲ ਕਦੋਂ ਤੇ ਕਿਵੇਂ ਹੋਵੇਗਾ। ਬਿਊਰੋ ਰਿਪੋਰਟ, News 18 ਪੰਜਾਬ। ਤਾਂ ਪੋਰਟਫੋਲੀਓਜ਼ ਦੀ ਵੰਡ ਹੋ ਚੁੱਕੀ ਹੈ। ਵੱਖ ਵੱਖ ਵਿਭਾਗ ਜਿਹੜੇ ਵੱਖ ਵੱਖ ਮੰਤਰੀਆਂ ਨੂੰ ਸੌਂਪ ਦਿੱਤੇ ਗਏ ਨੇ, ਸਭ ਦੇ ਵਿਚਾਲੇ ਖੇਤੀਬਾੜੀ ਮੰਤਰਾਲੇ ਦੇ ਉੱਤੇ ਹੁਣ ਸਾਫ਼ ਤੌਰ 'ਤੇ ਨਜ਼ਰ ਆਏਗੀ। ਪੰਜਾਬ ਦੇ ਐਂਗਲ ਤੋਂ ਸ਼ਿਵਰਾਜ ਸਿੰਘ ਚੌਹਾਨ ਦੇ ਉੱਤੇ, ਜਿਹੜੇ ਕਿਸਾਨ ਬੈਠੇ ਹੋਏ ਨੇ ਪੰਜਾਬ ਦੇ ਬਾਰਡਰਾਂ ਦੇ ਉੱਤੇ, ਉਹ ਉਹਨਾਂ ਦੇ ਨਾਲ ਗੱਲਬਾਤ ਹੋ ਕੇ ਮਸਲੇ ਨੂੰ ਸੁਲਝਾਇਆ ਜਾ ਸਕੇ। ਇਨਫੈਕਟ ਦੂਜੀ ਗੱਲ ਇਹ ਵੀ ਹੈ, ਇੱਕ ਹੈ ਕਿਸਾਨਾਂ ਦੀ ਅਤੇ ਦੂਜੀ ਪੰਜਾਬ ਦਾ ਵਪਾਰ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਜਦੋਂ ਤੋਂ ਬੰਦ ਹੈ ਸ਼ੰਭੂ ਬਾਰਡਰ ਜਾਂ ਖਨੌਰੀ ਬਾਰਡਰ। ਇਸ ਕਰਕੇ ਵੀ ਇੱਕ ਵੱਡੀ ਗਿਣਤੀ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਮਸਲਾ ਹੱਲ ਹੋਵੇ ਔਰ ਇਹ ਬਾਰਡਰ ਖੋਲ੍ਹ ਦਿੱਤੇ ਜਾਣ। ਅਗਲੀ ਖਬਰ ਦਾ ਰੁੱਖ ਕਰਦੇ ਹਾਂ। ਪ੍ਰਧਾਨ ਮੰਤਰੀ ਨੇ ਆਪਣਾ ਕਾਰਜਭਾਰ ਸੰਭਾਲ ਲਿਆ, ਐਤਵਾਰ ਨੂੰ ਸਹੁੰ ਚੁੱਕੀ ਸੀ ਅਤੇ PMO ਸਟਾਫ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸੁਨੇਹਾ ਦਿੱਤਾ ਜਦੋਂ ਉੱਥੇ ਪਹੁੰਚੇ। ਇਹ ਪਹਿਲਾ ਮੌਕਾ ਸੀ ਜਦੋਂ ਉਹ 3G ਲਿੰਕ ਦੇ ਵਿੱਚ ਦਫ਼ਤਰ ਪਹੁੰਚੇ ਤਾਂ ਪਰਮਾਣੂ ਦਾ ਸਵਾਗਤ ਹੋਇਆ ਔਰ ਤੀਜੀ ਵਾਰ PM ਬਣਨ ਤੋਂ ਬਾਅਦ ਨਰਿੰਦਰ ਮੋਦੀ ਪਹਿਲਾਂ ਸੰਬੋਧਨ ਕਰਦੇ ਨਜ਼ਰ ਆਏ ਅਤੇ ਉਹਨਾਂ ਨੇ ਕਿਹਾ ਕਿ ਮੇਰੇ ਤੋਂ ਪਰੇਸ਼ਾਨ ਹੋ ਤਾਂ ਫਿਰ ਚਲੇ ਜਾਓ, ਦੇਸ਼ ਦੇ ਲਈ ਜੇਕਰ ਤੁਸੀਂ ਖੱਪਣਾ ਤਾਂ ਫਿਰ ਮੇਰੇ ਨਾਲ, ਸਾਡੀ ਟੀਮ ਦੇ ਲਈ ਸਮੇਂ ਦੀ ਕੋਈ ਹੱਦ ਨਹੀਂ ਹੈ, ਮੇਰੀ ਕੋਸ਼ਿਸ਼ PMO ਸੇਵਾ ਦਾ ਕੇਂਦਰ ਬਣੇ ਇਹੋ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਮਤਲਬ ਹੈ ਸਮਰੱਥ, ਸਮਰਪਣ, ਸੰਕਲਪਾਂ ਦੀ ਨਵੀਂ ਊਰਜਾ। ਇਸ ਵਿਜ਼ਨ ਦੇ ਹੱਕਦਾਰ ਭਾਰਤ ਸਰਕਾਰ ਦੇ ਕਰਮਚਾਰੀ ਵੀ ਨੇ, ਸਫਲ ਹੋਣ ਦੇ ਲਈ ਹਮੇਸ਼ਾ ਸਿੱਖਦੇ ਰਹਿਣਾ ਜ਼ਰੂਰੀ ਹੈ। ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਦੇਸ਼ ਨੂੰ ਪਹੁੰਚਾਉਣ। ਸਾਥੀਓ, 10 ਸਾਲ ਮੈਂ ਬਹੁਤ ਸਾਰੇ ਲੋਕ ਆਪ ਪੈਸੇ ਹੋਣਗੇ ਜੋ 10 ਸਾਲ ਸੇ ਮੁਝੇ ਜੇਲ ਰਹੇ ਹੈ, ਕੁਛ ਲੋਕ ਹੈ ਜੋ ਸ਼ਾਇਦ ਅਬ ਜੇਲਣਾ ਸ਼ੁਰੂ ਕਰੇਂਗੇ, ਕੁਛ ਲੋਕ ਹੋਣਗੇ ਸਾਹਿਬ ਬਹੁਤ ਹੋ ਗਏ, ਅਬ ਕਹੀਂ ਔਰ ਜਾਏ ਤੋ ਅੱਛਾ ਹੋਗਾ, ਜੋ ਜਾਣਾ ਚਾਹਤੇ ਹੈ ਉਨਕੋ ਮੇਰੀ ਤਰਫ ਸੇ ਸ਼ੁਭਕਾਮਨਾ ਹੈ, ਆਪਣੇ ਇਤਨਾ ਕੀਆ ਇਸ ਲਈ ਧੰਨਵਾਦ ਹੈ, ਜੋ ਆਉਣਾ ਚਾਹਤੇ ਹੈ ਅਗਰ ਅੱਜ TV ਪਰ ਮੇਰੀ ਬਾਤ ਸੁਣ ਕਰਕੇ, ਜੋ ਮਨ ਭਾਵ ਸੇ ਖਪ ਜਾਣਾ ਚਾਹਤਾ ਹੈ 5 ਸਾਲ, ਆਈਏ, ਨਿਮੰਤਰਣ ਹੈ ਔਰ ਹਮ ਮਿਲ ਕਰਕੇ ਦੋਸਤੋ, ਏਕ ਹੀ ਲਕਸ਼ਯ, ਨੇਸ਼ਨ ਫਸਟ,
एक ही इरादा 2047 विकसित भारत। और मैंने पब्लिकली कहा है, मेरा पल पल देश के नाम है। और मैंने ये भी वादा किया है देश को 24/7 फॉर 2047। मुझे वो टीम से अपेक्षाएं हैं। ਹੁਣ ਅੱਗੇ ਵਧਦਿਆਂ ਤੇ ਗੱਲ ਰਵਨੀਤ ਸਿੰਘ ਬਿੱਟੂ ਦੀ। ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਬਣ ਚੁੱਕੇ ਨੇ ਤੇ ਉਹਨਾਂ ਨੂੰ ਦੋ ਅਹਿਮ ਮੰਤਰਾਲੇ ਵੀ ਮਿਲ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਇੱਕ ਹੈ ਰੇਲਵੇ, ਰੇਲਵੇ ਰਾਜ ਮੰਤਰੀ ਬਣਾਇਆ ਗਿਆ ਤੇ ਨਾਲ ਹੀ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਬਣਾਇਆ ਗਿਆ। ਬਿੱਟੂ ਦਾ ਅਸੀਂ ਜ਼ਿਕਰ ਕਰੀਏ ਤਾਂ ਬਿੱਟੂ ਕਿਸਮਤ ਦੇ ਧਨੀ ਤਾਂ ਜ਼ਰੂਰ ਨਿਕਲੇ, ਲੁਧਿਆਣਾ ਤੋਂ ਚੋਣ ਹਾਰ ਗਏ ਪਰ ਮੋਦੀ ਕੈਬਨਿਟ ਦੇ ਵਿੱਚ ਫਿਰ ਵੀ ਥਾਂ ਮਿਲ ਗਈ। ਬਿੱਟੂ ਨੂੰ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ, ਬਿੱਟੂ ਨੂੰ ਪਾਵਰ ਤਾਂ ਮਿਲੀ ਪਰ ਇਸ ਦੇ ਨਾਲ ਹੀ ਬਿੱਟੂ ਤੇ ਪੰਜਾਬ ਦੇ ਮਸਲੇ ਹੱਲ ਕਰਵਾਉਣ ਦੀ ਜ਼ਿੰਮੇਵਾਰੀ ਵੀ ਹੁਣ ਨਜ਼ਰ ਆ। ਛੋੜੋ ਕਲਕੀ ਬਾਤੇ, ਕਲਕੀ ਬਾਤ ਪੁਰਾਣੀ। 4 ਤਰੀਕ ਨੂੰ ਲੁਧਿਆਣਾ ਤੋਂ ਹਾਰ ਦਾ ਸਾਹਮਣਾ ਕਰਨ ਵਾਲੇ ਰਵਨੀਤ ਬਿੱਟੂ ਕੇਂਦਰ ਦੀ ਵਜ਼ਾਰਤ 'ਚ ਸ਼ਾਮਿਲ ਹੋ ਕੇ ਸ਼ਾਇਦ ਇਸ ਤਰ੍ਹਾਂ ਦੀਆਂ ਹੀ 17 ਗੁਣਗੁਣਾ ਰਹੇ ਹੋਣਗੇ, ਕਿਉਂਕਿ ਕੇਂਦਰ ਦੇ ਵਿੱਚ ਮੰਤਰੀ ਵਾਲੀ ਕੁਰਸੀ ਲੁਧਿਆਣਾ ਜਿੱਤ ਕੇ ਮਿਲਣੀ ਸੀ ਪਰ ਹੁਣ ਹਾਰ ਕੇ ਵੀ ਮਿਲ ਚੁੱਕੀ ਹੈ। ਤੇ ਇਸਦਾ ਇੱਕ ਮਤਲਬ ਇਹ ਵੀ ਹੋ ਗਿਆ ਕਿ ਬਿੱਟੂ ਨੂੰ ਬੀਜੇਪੀ ਛੇਤੀ ਹੀ ਰਾਜ ਸਭਾ ਵੀ ਭੇਜ ਦੇਵੇਗੀ। ਮੰਤਰੀ ਵਾਲੀ ਕੁਰਸੀ ਮਿਲਣ ਤੇ ਬਾਗੋ ਬਾਗ ਰਵਨੀਤ ਬਿੱਟੂ ਬੀਜੇਪੀ ਦੇ ਸੋਹਲੇ ਗਾ ਰਹੇ ਨੇ ਤੇ ਪੰਜਾਬ ਦੇ ਵੱਡੇ ਮੁੱਦਿਆਂ ਤੇ ਕੱਡਾ ਸਟੈਂਡ ਲੈਣ ਦਾ ਦਮ ਵੀ ਭਰ ਰਹੇ ਨੇ। ਹਾਰ ਹੂਰ ਤੋਂ ਸਭ ਭੁੱਲ ਗਈ, ਉਹ ਤੋਂ ਬਾਤੇ ਪੁਰਾਣੀ ਹੋ ਗਈ। ਅਬ ਤੋਂ ਮੰਤਰੀ ਜੋ ਬਣਾਇਆ ਹੈ, ਜੋ ਕਿਰਪਾ ਕੀਤੀ ਆ, ਇਹ ਪੰਜਾਬ 'ਤੇ ਕਿਰਪਾ ਹੈ। ਪੰਜਾਬ ਨੂੰ ਪ੍ਰਾਇਓਰਿਟੀ ਦਿੱਤੀ ਆ ਅਤੇ ਪੰਜਾਬ ਨੂੰ ਪ੍ਰਾਇਓਰਿਟੀ ਹਮੇਸ਼ਾ ਮਿਲਦੀ ਵੀ ਆ। ਉਹ ਮੈਨੂੰ ਮੰਤਰੀ ਬਣਾਇਆ ਉਹਨਾਂ ਨੇ ਅਤੇ ਮੈਂ ਉਹ ਬੜੀ ਬਖੂਬੀ ਆ, ਮੈਨੂੰ ਪਤਾ ਮੇਰੀ ਜ਼ਿੰਮੇਵਾਰੀ, ਉਹ ਆਉਣ ਵਾਲੇ ਦਿਨਾਂ 'ਚ ਤੁਸੀਂ ਜ਼ਿੰਮੇਵਾਰੀ ਮੈਂ ਨਿਭਾ ਕੇ ਦਿਖਾਊਂਗਾ ਅਤੇ ਪੰਜਾਬ ਨੂੰ ਦੁਬਾਰਾ ਖੁਸ਼ੀਆਂ ਦਾ ਪੰਜਾਬ, ਜਿਹੜਾ ਨਵਾਂ ਪੰਜਾਬ ਦਾ ਅਸੀਂ ਨਾਰਾ ਦਿੱਤਾ, ਉਹ ਅਸੀਂ ਬਣਾਵਾਂਗੇ। ਉਹ ਡਾਂਗ ਡੰਡਾ ਖੜਕੂਗਾ, ਜਿਹੜਾ ਨਸ਼ਾ ਨੌਂ ਵੀ ਜਿਹੜਾ ਲਊਗਾ, ਵੇਚਣ ਦੀ ਗੱਲ ਛੱਡੋ, ਉਹ ਸਖਤੀ ਨਾਲ ਉਹਨੂੰ ਨਿਪਟਿਆ ਜਾਊਗਾ। ਇਹ ਭੁੱਲ ਜਾਣਗੇ ਨਸ਼ਾ ਸ਼ਬਦ ਚਿੱਟਾ ਲੈਣਾ ਭੁੱਲ ਜਾਣਗੇ ਜਿਹੜੇ ਵੇਚਦੇ ਆ। ਬਿੱਟੂ ਵਜ਼ਾਰਤ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਨੇ, ਜਿੱਥੇ ਪੰਜਾਬੀਆਂ ਨੂੰ ਬਿੱਟੂ ਤੋਂ ਬਹੁਤ ਉਮੀਦਾਂ ਹੋਣਗੀਆਂ ਤਾਂ ਉੱਥੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਲੁਧਿਆਣਾ ਤੋਂ ਰਵਨੀਤ ਬਿੱਟੂ ਨੂੰ ਹਰਾਉਣ ਵਾਲੇ ਰਾਜਾ ਵੜਿੰਗ ਵੀ ਕੇਂਦਰੀ ਰਾਜ ਮੰਤਰੀ ਨੂੰ ਪੰਜਾਬ ਦੇ ਪੈਂਡਿੰਗ ਕੰਮਾਂ ਤੇ ਫੰਡਾਂ ਦੀ ਲੰਬੀ ਲਿਸਟ ਦੱਸ ਰਹੇ ਨੇ। ਮੈਂ ਚਾਹੁੰਦਾ ਕਿ ਵਧੀਆ ਬੰਦੇ ਜੇ ਮੰਤਰਾਲਿਆਂ ਦੇ ਵਿੱਚ ਮੰਤਰੀ ਬਣਦੇ ਨੇ, ਸਾਡਾ RDF ਦਾ, ਸਾਡਾ NHM ਦਾ, ਸਾਡਾ ਜਿੰਨਾ ਪੈਸਾ ਫਸਿਆ ਹੋਇਆ ਉਹਨੂੰ ਪੰਜਾਬ 'ਚ ਲਿਆ ਕੇ ਜਿਹੜਾ ਉਹ ਲੋਕਾਂ ਤੇ ਲਾਈਏ। ਅੱਛੀ ਬਾਤ ਹੈ, ਪੰਜਾਬ ਕੇ ਲਈ ਔਰ ਕਾਰਿਆ ਹੋਊਗਾ, ਕਾਮ ਹੋਣਗੇ, ਲੋਕਾਂ ਕੀ ਬਹੁਤ ਸਾਰੀ ਅਪੇਕਸ਼ਾਏ ਹੈ ਸਰਕਾਰੋਂ ਸੇ। ਤੀਸਰੀ ਵਾਰ ਸਰਕਾਰ ਬਣੀ ਹੈ ਮੋਦੀ ਸਾਹਿਬ ਕੀ, ਔਰ ਮੇਰੇ ਕੋ ਲਗਤਾ ਹੈ ਕਿ ਬੜੇ ਬੜੇ ਕਾਮ ਕਰੇਂਗੇ, ਬੜੇ ਬੜੇ ਪ੍ਰੋਜੈਕਟ ਲੈ ਕਰ ਆਏਂਗੇ। ਸ਼ਾਹਰੁਖ ਖਾਨ ਦੀ ਇੱਕ ਫਿਲਮ ਦਾ ਡਾਇਲੋਗ ਹੈ, ਹਾਰ ਕੇ ਵੀ ਜੀਤਨੇ ਵਾਲੇ ਕੋ ਬਾਜ਼ੀਗਰ ਕਹਤੇ ਹੈ। ਹੁਣ ਦੇਖਣਾ ਹੋਵੇਗਾ ਕਿ ਹਾਰ ਕੇ ਵੀ ਮੰਤਰੀ ਬਣਨ ਵਾਲੇ ਬਿੱਟੂ ਪੰਜਾਬ ਦੇ ਮੁੱਦਿਆਂ ਨੂੰ ਪਾਰਲੀਮੈਂਟ ਚੁੱਕ ਕੇ ਕਿੰਨੇ ਵੱਡੇ ਬਾਜ਼ੀਗਰ ਸਾਬਿਤ ਹੁੰਦੇ ਨੇ। ਦਿੱਲੀ ਤੋਂ ਰਵੀ ਮਿਸ਼ਰਾ ਤੇ ਚੰਡੀਗੜ੍ਹ ਤੋਂ ਪੰਕਜ ਕਪਾਹੀ, News 18 ਪੰਜਾਬ। ਅੱਛਾ, ਇਹ ਪੰਜਾਬ ਦੇ ਲਈ ਪਹਿਲਾ ਮੌਕਾ ਵੀ ਨਹੀਂ ਹੈ ਕਿ ਜਦੋਂ ਇੱਥੋਂ ਹਾਰੇ ਹੋਏ ਤੇ ਉੱਥੇ ਜਾ ਕੇ ਮੰਤਰੀ ਬਣ ਗਏ। ਹੁਣ 2014 ਜਦੋਂ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਤਾਂ ਉਸ ਸਮੇਂ ਅੰਮ੍ਰਿਤਸਰ ਤੋਂ ਹਾਰੇ ਸੀ ਅਰੁਣ ਜੇਟਲੀ, ਜਾ ਕੇ ਮਿਨਿਸਟਰ ਬਣੇ। ਇਨਫੈਕਟ ਉਹਨਾਂ ਨੂੰ ਖਜ਼ਾਨਾ ਮੰਤਰਾਲਾ ਦਿੱਤਾ ਗਿਆ, ਬਹੁਤ ਅਹਿਮ ਰੋਲ ਉਹਨਾਂ ਦਾ ਸਰਕਾਰ ਦੇ ਵਿੱਚ ਰਿਹਾ। ਉਸ ਤੋਂ ਬਾਅਦ 2019 ਦੇ ਵਿੱਚ ਹਰਦੀਪ ਪੁਰੀ ਨੂੰ ਅੰਮ੍ਰਿਤਸਰ ਤੋਂ ਉਤਾਰਿਆ ਗਿਆ, ਜਿੱਤ ਉਹ ਵੀ ਨਹੀਂ ਪਾਏ, ਪਰ ਬਾਵਜੂਦ ਇਸ ਦੇ ਹਰਦੀਪ ਪੁਰੀ ਨੂੰ
ਮੰਤਰਾਲਾ ਜ਼ਰੂਰ ਦਿੱਤਾ ਗਿਆ, ਉਹਨਾਂ ਦੇ ਕੋਲ ਵੀ ਬਹੁਤ ਅਹਿਮ ਮੰਤਰਾਲੇ ਰਹੇ ਨੇ। ਇਨਫੈਕਟ ਹਰਦੀਪ ਪੁਰੀ ਇਸ ਵਾਰ ਵੀ ਮੋਦੀ ਕੈਬਨਿਟ ਦਾ ਸਿੱਖ ਚਿਹਰਾ ਜ਼ਰੂਰ ਨਜ਼ਰ ਆ ਰਹੇ ਨੇ। ਇੱਕ ਹੋਰ ਇੰਪੋਰਟੈਂਟ ਗੱਲ ਹੈ ਕਿ ਮੋਦੀ ਕੈਬਨਿਟ ਦੇ ਵਿੱਚ ਕੋਈ ਮੁਸਲਿਮ ਚਿਹਰਾ ਨਜ਼ਰ ਨਹੀਂ ਆਉਂਦਾ। ਹੁਣ ਅੱਗੇ ਵੱਧਦੇ ਹਾਂ ਅਤੇ ਗੱਲ ਚੋਣਾਂ ਦੀ ਕਰਾਂਗੇ। ਚੋਣਾਂ ਦਾ ਸੀਜ਼ਨ ਤਾਂ ਕਹਿੰਦੇ ਦੇਸ਼ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਕਦੇ ਖਤਮ ਨਹੀਂ ਹੁੰਦਾ। ਇਹੀ ਗੱਲ ਹੁਣ ਪੰਜਾਬ 'ਤੇ ਵੀ ਇੰਪਲੀਮੈਂਟ ਹੋ ਰਹੀ ਹੈ। ਪੰਜਾਬ 'ਚ ਵੀ ਲੱਗਦਾ ਪੂਰੇ ਦੇਸ਼ ਦੀ ਤਰ੍ਹਾਂ ਚੋਣਾਂ ਦਾ ਮੌਸਮ ਨਹੀਂ ਖਤਮ ਹੋਣ ਵਾਲਾ। ਦੇਸ਼ ਦੀਆਂ ਆਮ ਚੋਣਾਂ ਨੂੰ ਖਤਮ ਹੋਏ ਕੁਝ ਦਿਨ ਹੀ ਹੋਏ ਨੇ ਕਿ ਪੰਜਾਬ ਦੇ ਲਈ ਅਗਲੀਆਂ ਚੋਣਾਂ ਦਾ ਐਲਾਨ ਵੀ ਹੋ ਗਿਆ ਅਤੇ ਆਉਂਦੀ 10 ਜੁਲਾਈ ਨੂੰ ਇੱਕ ਵਾਰ ਫਿਰ ਤੋਂ ਵੋਟਾਂ ਪੈਣ। ਲੋਕ ਸਭਾ ਚੋਣਾਂ ਦਾ ਅਖਾੜਾ ਠੰਡਾ ਹੋਣ ਦੀ ਦੇਰ ਸੀ ਕਿ ਇੱਕ ਵਾਰ ਫਿਰ ਦੁਆਬਾ ਸਿਆਸੀ ਦੰਗਲ ਦੇ ਲਈ ਤਿਆਰ ਹੈ। ਮੌਜੂਦਾ ਸਮੇਂ 'ਚ ਪੰਜਾਬ ਵਿਧਾਨ ਸਭਾ ਦੀਆਂ 5 ਸੀਟਾਂ ਖਾਲੀ ਨੇ, ਪਰ ਫਿਲਹਾਲ ਚੋਣ ਕਮਿਸ਼ਨ ਵੱਲੋਂ ਜਲੰਧਰ ਵੈਸਟ ਵਾਲੀ ਸੀਟ 'ਤੇ ਹੀ ਜ਼ਿਮਨੀ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ। ਸੀਟ ਦਾ ਜ਼ਿਕਰ ਕਰੀਏ ਪਰ ਪਹਿਲਾਂ ਚੋਣ ਦਾ ਪੂਰਾ ਵੇਰਵਾ ਦੱਸਦੇ ਹਾਂ। 14 ਜੂਨ ਤੋਂ 21 ਜੂਨ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ। ਕਾਗਜ਼ਾਂ ਦੀ ਪੜਤਾਲ 24 ਜੂਨ ਨੂੰ ਹੋਵੇਗੀ ਅਤੇ 26 ਜੂਨ ਤੱਕ ਨਾਮ ਵਾਪਸ ਲਏ ਜਾ ਸਕਣਗੇ। 10 ਜੁਲਾਈ ਨੂੰ ਵੋਟਾਂ ਪੈਣੀਆਂ ਨੇ ਅਤੇ 13 ਜੁਲਾਈ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ। ਜਲੰਧਰ ਵੈਸਟ ਵਾਲੀ ਸੀਟ ਸ਼ੀਤਲ ਅੰਗੁਰਾਲ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਹੈ। ਅਸਤੀਫਾ ਵਾਪਸ ਲੈਣ ਸਮੇਂ ਬੀਜੇਪੀ 'ਚ ਹੋਣ ਵਾਲੇ ਸਵਾਲ ਨੂੰ ਟਾਲਣ ਵਾਲੇ ਅੰਗੁਰਾਲ ਹੁਣ ਚੋਣ ਲੜਨ ਲਈ ਪੱਬਾਂ ਭਾਰ ਨਜ਼ਰ ਆ ਰਹੇ ਨੇ ਅਤੇ ਨਿਸ਼ਾਨੇ 'ਤੇ ਸੂਬਾ ਸਰਕਾਰ ਵੀ ਹੈ। ਹੈਰਾਨ ਮੈਂ ਇਸ ਕਰਕੇ ਹੋਇਆ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਸਿਰਫ ਤੇ ਸਿਰਫ ਮੇਰੀ ਸੀਟ 'ਤੇ ਇਲੈਕਸ਼ਨ ਬਾਈ ਕਰਾਉਣ ਦੇ ਲਈ ਉਹਨਾਂ ਨੂੰ ਕਾਹਲੀ ਪਈ ਹੈ ਕਿ ਬਾਕੀ ਸੀਟਾਂ ਦੇ ਉੱਤੇ ਉਹਨਾਂ ਕੋਲ ਰਜਾਈ ਨਹੀਂ ਲੈ ਗਏ ਕਿ ਜੋ ਹਾਲਾਤ ਪੂਰੇ ਪੰਜਾਬ ਦੇ ਵਿੱਚ ਹੈ ਅਗਰ ਇਹ 5 ਸੀਟਾਂ 'ਤੇ ਇਲੈਕਸ਼ਨ ਹੁੰਦੇ ਤਾਂ ਪਤਾ ਲੱਗਦੇ। ਚਲੋ ਦੋਸਤੋ ਤਿਆਰ ਹੋ ਜਾਓ ਹੁਣ ਸਾਰੇ। 2022 'ਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਹੀ ਸ਼ੀਤਲ ਅੰਗੁਰਾਲ ਚੋਣ ਜਿੱਤੇ ਸੀ ਅਤੇ ਜ਼ਿਮਨੀ ਚੋਣ ਦੇ ਲਈ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਖੁਦ ਨੂੰ ਜਲੰਧਰ ਚੋਣ ਦੇ ਲਈ ਤਿਆਰ ਬਰ ਤਿਆਰ ਦੱਸ ਰਹੇ ਨੇ। ਪਹਿਲਾਂ ਸਾਡੀ ਉਹ ਸੀਟ ਸੀਗੀ ਉਹ, ਅਤੇ ਉਹ ਜਿਹੜਾ ਸਾਡਾ ਕੈਂਡੀਡੇਟ ਸੀ ਉਹ ਬੀਜੇਪੀ ਚਲਾ ਗਿਆ, ਅਤੇ ਪਰ ਰਿੰਕੂ ਵੀ ਬੀਜੇਪੀ ਚਲਾ ਗਿਆ, ਜਾ ਕੇ ਦੇਖ ਲਿਆ ਉਹਨੇ ਵੀ, ਠੀਕ ਹੈ ਨਾ। ਸੋ ਅਸੀਂ ਪੋਲੀਟੀਕਲ ਪਾਰਟੀਆਂ, ਨੈਸ਼ਨਲ ਪਾਰਟੀਆਂ, ਹਰ ਬਾਈ ਇਲੈਕਸ਼ਨ 'ਚ, ਹਰ ਇਲੈਕਸ਼ਨ 'ਚ ਅਸੀਂ ਹਿੱਸਾ ਲਵਾਂਗੇ ਅਤੇ ਜ਼ੋਰ ਸ਼ੋਰ ਨਾਲ ਤਿਆਰੀ ਕਰਾਂਗੇ, ਮਿਹਨਤ ਕਰਾਂਗੇ। ਫਿਰ ਉਹੀ ਗੱਲ ਕਿ ਮਿਹਨਤ ਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਸਾਡੇ ਵੱਲੋਂ, ਬਾਕੀ ਅੱਗੇ ਲੋਕ ਦੇ। ਲੋਕ ਸਭਾ ਚੋਣਾਂ ਦੇ ਵਿੱਚ ਰਾਜਾ ਵੜਿੰਗ ਦੇ ਜਿੱਤਣ ਦੇ ਨਾਲ ਗਿੱਦੜ ਬਹਾ, ਸੁਖੀ ਰੰਧਾਵਾ ਦੇ ਜਿੱਤਣ ਦੇ ਨਾਲ ਡੇਰਾ ਬਾਬਾ ਨਾਨਕ, ਮੀਂਹ ਥੇੜ ਦੇ ਜਿੱਤਣ ਦੀ ਵਜ੍ਹਾ ਨਾਲ ਬਰਨਾਲਾ ਵਿਧਾਨ ਸਭਾ ਸੀਟ ਖਾਲੀ ਹੋਈ ਹੈ ਅਤੇ ਰਾਜਕੁਮਾਰ ਚੱਬੇਵਾਲ ਵੀ ਚੱਬੇਵਾਲ ਸੀਟ ਤੋਂ ਅਸਤੀਫਾ ਦੇ ਚੁੱਕੇ ਨੇ। ਹਾਲਾਂਕਿ ਰਸਮੀ ਤੌਰ 'ਤੇ ਸੀਟਾਂ ਖਾਲੀ ਹੋਣੀਆਂ ਅਜੇ ਬਾਕੀ ਨੇ, ਪਰ ਅੰਗੁਰਾਲ ਦਾ ਅਸਤੀਫਾ 30 ਮਈ ਨੂੰ ਮਨਜ਼ੂਰ ਹੋ ਗਿਆ ਸੀ। ਖੈਰ ਹੁਣ ਦੇਖਣਾ ਹੋਵੇਗਾ ਕਿ ਜਲੰਧਰ ਵੈਸਟ ਦੀ ਜੰਗ ਦੇ ਵਿੱਚ ਕੌਣ ਕੌਣ ਨਜ਼ਰ ਆਉਂਦਾ ਹੈ। ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਤਾਂ ਜਲੰਧਰ ਵੈਸਟ ਦੇ ਲਈ ਵੋਟਾਂ ਪੈਣਗੀਆਂ 10 ਜੁਲਾਈ ਨੂੰ, 13 ਜੁਲਾਈ ਨੂੰ ਨਤੀਜੇ ਆਉਣਗੇ। ਦੇਸ਼ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਜਿਹੜੀਆਂ ਬਾਈ ਇਲੈਕਸ਼ਨ ਹੋਣੀਆਂ ਨੇ, ਕਰੀਬ 13 ਸੀਟਾਂ ਦੇ ਉੱਤੇ ਇਹ ਇਲੈਕਸ਼ਨ ਹੋਣੀਆਂ। ਇਨਫੈਕਟ ਹਿਮਾਚਲ ਦੀਆਂ ਵੀ 3 ਸੀਟਾਂ ਨੇ ਜਿੱਥੇ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ, ਬਾਈ ਪੋਲ ਹੋਏਗਾ। ਔਰ ਇੰਟਰਸਟਿੰਗ ਇਹ ਵੀ ਹੈ ਕਿ ਜਲੰਧਰ ਵੈਸਟ ਤੋਂ ਬਾਅਦ ਵੀ ਤਿਆਰੀ ਰੱਖੋ, 4 ਸੀਟਾਂ ਹੋਰ ਨੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ, ਜਿਨ੍ਹਾਂ ਦਾ ਰਿਪੋਰਟ 'ਚ ਅਸੀਂ ਜ਼ਿਕਰ ਕੀਤਾ, ਉੱਥੇ ਵੀ ਵੋਟਾਂ ਪੈਣਗੀਆਂ। ਯਾਨੀ ਕਿ ਆਉਣ ਵਾਲੇ ਕੁਝ ਮਹੀਨੇ ਵੀ ਇਲੈਕਸ਼ਨ ਮੋਡ ਦੇ ਵਿੱਚ ਪੰਜਾਬ ਆਪਾਂ ਨੂੰ ਨਜ਼ਰ ਆਏਗਾ। ਪ੍ਰਾਈਮ ਟਾਈਮ ਦੇ ਵਿੱਚ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਫਿਲਹਾਲ ਇੱਕ ਛੋਟਾ ਜਿਹਾ।